कोरोना दी महामारी ਆਈ ਹੈ ਉਹਨੂੰ ਸਾਡੇ ਮੁਲਕ ਨੇ ਨਾ ਤਾਂ ਵਿਗਿਆਨਕ ਤੌਰ ਤੇ ਉਦੋਂ ਉਠੇ ਦੇਖਿਆ ਨਾ ਅੱਜ ਦੇਖਿਆ ਉਹਨਾਂ ਨੇ ਇਹਨੂੰ ਇੱਕ ਮਹਾਮਾਰੀ ਨੂੰ ਰੋਕਣ ਦਾ ਜਿਹੜਾ ਤਰੀਕਾ ਹੈ ਉਹਦੇ 'ਚ ਕੋਈ ਜੋ ਵਿਗਿਆਨਕ ਤੌਰ ਤੇ ਤਰੀਕੇ ਨੇ ਦੁਨੀਆ 'ਚ ਉਹੀ ਵਰਤੇ ਨਾ ਉਹਨਾਂ ਨੇ ਡਾਕਟਰੀ ਨੂੰ ਵਰਤਿਆ ਉਹਨਾਂ ਨੇ ਤਾਂ ਪੁਲਿਸ ਰਾਜ ਬਣਾਇਆ ਪੁਲਿਸ ਰਾਜ ਦੇ ਰਾਹੀਂ ਲੋਕਾਂ ਨੂੰ ਮਾਸਕ ਪਹਿਨਣ ਵਾਸਤੇ ਮਜਬੂਰ ਕਰਿਆ ਜਾ ਸਕਦਾ ਬਾਹਰ ਨਿਕਲ ਤੋਂ ਮਜਬੂਰ ਕਰਿਆ ਜਾ ਸਕਦਾ ਹੈ ਜੁਰਮਾਨੇ ਕਰੇ ਜਾ ਸਕਦੇ ਨੇ ਪਰ ਮਹਾਮਾਰੀ ਨਹੀਂ ਟਕਲ ਹੋਣੀ ਮਹਾਮਾਰੀ ਦਾ ਰਾਜਨਾਟਿਕ ਜੋ ਰੋਕਥਾਮ ਨਾਲ ਹੋਊਗੀ ਤੇ ਪੁਲਿਸ ਕਿਸੇ ਨੂੰ ਅੰਦਰ ਬਿਠਾ ਦੇ ਜੇ ਉਹਨਾਂ ਰੋਕਥਾਮ ਕਿੱਥੋਂ ਹੋਊਗੀ ਸੋ ਇਸ ਕਰਕੇ ਉਹ ਟੈਕਨਿਕ ਗਲਤ ਕਰੀ ਦੀ 95 ਮੂਲਕੋ ਨੇ ਜਿਨ੍ਹਾਂ ਦੇ ਵਿੱਚ 1 ਲੱਖ ਪਿੱਛੇ ਜਿਹੜੇ ਕੇਸਾਂ ਦੀ ਗਿਣਤੀ ਵੀ ਘੱਟ ਹੈ ਭਾਰਤ ਨਾਲੋਂ 105 ਮੂਲਕੋ ਨੇ ਜਿੱਥੇ 1 ਲੱਖ ਪਿੱਛੇ ਮੌਤਾਂ ਦੀ ਗਿਣਤੀ ਵੀ ਭਾਰਤ ਨਾਲੋਂ ਘੱਟ ਹੈ ਤੇ ਉਹਨਾਂ ਜੋ ਬਹੁਤ ਸਾਰੇ ਉਹ ਮੁਲਕ ਨੇ ਜਿਨ੍ਹਾਂ ਨੇ ਕੋਈ ਲੋਕਡਾਊਨ ਨਹੀਂ ਲਾਇਆ ਜਿਨ੍ਹਾਂ ਨੇ ਕੋਈ ਇਹ ਜੇ ਟੱਲ ਨਹੀਂ ਖੜਕਾਏ ਜਿਨ੍ਹਾਂ ਨੇ ਕੋਈ ਘੰਟੀਆਂ ਨਹੀਂ ਵਜਾਈਆਂ ਜਿਨ੍ਹਾਂ ਨੇ ਕੋਈ ਮੋਮਬਤੀਆਂ ਨਹੀਂ ਜਲਾਈਆਂ ਜਿਨ੍ਹਾਂ ਨੇ ਕੋਈ ਗੋ ਕੋਰੋਨਾ ਗੋ ਕੋਰੋਨਾ ਨਹੀਂ ਕਿਹਾ ਕਿਸੇ ਨੇ ਕੋਈ ਗਲੋਈ ਨਹੀਂ ਪਲਾਈ ਕਿਸੇ ਨੇ ਕੋਈ ਰਾਮਦੇਵ ਜੀ ਦੀ ਭੱਟੀ ਨਹੀਂ ਇਹ ਅਸੀਂ ਲੋਕਾਂ ਦੇ ਵਿੱਚ ਜਿਹੜਾ ਵਿਗਿਆਨਕ ਨਜ਼ਰੀਆ ਉਹ ਖਤਮ ਕਰਨਾ ਚਾਹੁੰਦੇ ਆ ਅਸੀਂ ਲੋਕਾਂ ਨੂੰ ਉਹੀ ਮੁੜ ਕੇ ਪੁਰਾਣੇ ਵੀ ਟੂਣਾ ਟਮ ਮੰਤੇ ਹੋਰ ਉਸ ਵਸੇ ਦੇ ਕੇ ਜਾਣਾ ਚਾਹਣਾ ਇਸੇ ਕਰਕੇ ਸੀ ਇਹੋ ਜਿਹੇ ਪ੍ਰਧਾਨ ਮੰਤਰੀ ਰੋਜ਼ ਇਹੋ ਜਿਹੇ ਬਿਆਨ ਦੇਈ ਜਾਂਦੇ ਨੇ ਜਿੱਥੇ ਚੋਣ ਹੁੰਦੀ ਹੈ ਉੱਥੇ ਕੋਈ ਕਰੋਨਾ ਨਹੀਂ ਇਹਨਾਂ ਵਾਸਤੇ ਜਿੱਥੇ ਇਹਨਾਂ ਦਾ ਹਿੰਦੂਆਂ ਦਾ ਕੋਈ ਤਿਹਾਰ ਹੋਵੇ ਉੱਥੇ ਕੋਈ ਕਰੋਨਾ ਨਹੀਂ ਹੁਣ ਹੁਣ ਹੈ ਕੁੰਭ ਉੱਥੇ 5 ਕਰੋੜ ਬੰਦੇ ਨੇ ਆਉਣਾ ਹੈ ਉੱਥੇ ਟੈਸਟ ਵੀ ਨਹੀਂ ਕਰਾਣਾ ਇੱਕ ਬੰਦਾ ਕਰੋਨਾ ਕੁਛ ਨਹੀਂ ਜਮਾਂ ਹੀ ਨਾ ਡਰੋ ਪਰਵਾਹ ਨਾ ਮੰਨੋ ਦੂਜੇ ਕਹਿੰਦੇ ਹਾਏ ਮਾਰੇ ਜਾਓਗੇ ਅੰਦਰ ਵਰਕੇ ਬਹਿਜੋ ਜੀ ਇਹ ਕਹਿੰਦੇ મોદી ਹੈ ਤਾਂ ਮੰਗਨ ਹੈ ਇਹ ਤਿੰਨੇ ਗਲਤ ਨੇ ਤਿੰਨੀ ਇਹ ਭਾਜੀਪੀ ਦੇ ਆਰਐਸਐਸ ਦੇ ਬੰਦੇ ਪਾ ਰਹੇ ਨੇ ਉਹਨਾਂ ਨੂੰ ਕੋਈ ਨਹੀਂ ਕੁਛ ਕਹਿਣਾ ਵੀ ਤੁਸੀਂ ਝੂਠ ਪ੍ਰਚਾਰ ਕਿਵੇਂ ਕਰਜੋ ਬਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਬਲ ਨਿਰਪੱਖ ਪੋਸਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਰੋਤਿਆਂ ਦਾ ਸਵਾਗਤ ਕਰਦਾ ਉਮੀਦ ਕਰਦਾ ਹਾਂ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ ਜਿਵੇਂ ਕਿ ਪੰਜਾਬ ਸਰਕਾਰ ਦੀ ਹੁਣ ਸਖਤ ਹਦਾਇਤਾਂ ਆ ਚੁੱਕੀਆਂ ਨੇ ਕਿ ਪੂਰੇ ਸੂਬੇ ਦੇ ਵਿੱਚ ਜਿਹੜਾ ਨਾਈਟ ਕਰਫਿਊ ਜਾਰੀ ਕਰ ਦਿੱਤਾ ਗਿਆ ਹੈ ਕਰੋਨਾ ਵਾ ਮਹਾਮਾਰੀ ਨੂੰ ਲੈ ਕੇ ਹੁਣ ਮਹਾਮਾਰੀ ਦੀ ਜੇ ਮੈਂ ਗੱਲ ਕਰਾਂ ਤਾਂ ਤਕਰੀਬਨ ਸਾਲ ਪਹਿਲਾਂ ਇਹ ਮਹਾਮਾਰੀ ਆਈ ਸੀ ਤੇ ਹੁਣ ਤੱਕ ਜਿਹੜਾ ਇਹਨਾਂ ਨੇ ਕਾਲ ਜਿਹੜਾ ਆ ਪੂਰੇ ਵਿਸ਼ਵ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਮੈਂ ਕਹਿੰਦਾ ਕੋਨੇ-ਕੋਨੇ ਦੇ ਵਿੱਚ ਜਿਹੜਾ ਆਪਣੇ ਇਹਨੇ ਛ आम गरीब ਤਾਂ ਬਿਲਕੁਲ ਹੀ ਦਬ ਚੁੱਕਾ ਆ ਹੁਣ ਇਸ ਦਾ ਡਰ ਬਹੁਤ ਜ਼ਿਆਦਾ ਪੈ ਚੁੱਕਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਕਈ ਲੋਕ ਕਹਿ ਰਹੇ ਨੇ ਕਿ ਇਹ ਕੋਈ ਮਹਾਮਾਰੀ ਹੈ ਨਹੀਂ ਸਿਰਫ ਡਰਾਇਆ ਜਾ ਰਿਹਾ ਸਰਕਾਰਾਂ ਦੀ ਇੱਕ ਖੁਦ ਬਣਾਈ ਹੋਈ ਇੱਕ ਬਿਮਾਰੀ ਹੈ ਪਰ ਅਸਲ ਦੇ ਵਿੱਚ ਕੀ ਸੱਚੀ ਬਿਮਾਰੀ ਹੈ ਜੇ ਹੈ ਤਾਂ ਇੰਨਾ ਆਂਕੜਾ ਵਧ ਕਿਉਂ ਰਿਹਾ ਹੈ ਜੇ ਨਹੀਂ ਤਾਂ ਕਿਉਂ ਸਾਰੇ ਤੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਇਸ ਸਮੇਂ ਡਾਕਟਰ ਪਿਆਰੇ ਲਾਲ ਗਰਗ ਜੀ ਨੇ ਮੌਜੂਦ ਨੇ ਆਪ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹ ਵੀ ਹੁਣ ਕੁਝ ਹਾਲੀ ਦੇ ਪਿਛਲੇ ਦਿਨ ਪਹਿਲਾਂ ਪਿਛਲੇ ਦਿਨਾਂ ਦੀ ਮੈਂ ਗੱਲ ਕਰਾਂ ਤਾਂ ਉਹ ਵੀ ਕਰੋਨਾ ਪੋਜ਼ਿਟਿਵ ਆਈ ਸੀਗੀ ਤਾਂ ਕਿਹੜੀ ਕਿਹੜੀ ਚੀਜ਼ਾਂ ਉਹਨਾਂ ਨੇ ਕੀਤੀਆਂ ਕੀ ਕੀ ਉਹ ਖੁਦ ਅੱਖੀਂ ਦੇਖ ਕੇ ਆਏ ਨੇ ਕਿਉਂਕਿ ਪੀਜੀ ਦੇ ਵਿੱਚ ਵੀ ਉਹ ਰਹੇ ਨੇ ਕੀ ਕੀ ਉੱਥੇ ਫੈਸਿਲਿਟੀਆਂ ਦਿੱਤੇ ਜਾਂਦੇ ਨੇ ਸਾਰੀ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵਿਸਤਾਰ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸ਼ੁਕਰੀਆ ਜੀ ਬਹੁਤ-ਬਹੁਤ ਡਾਕਟਰ ਸਾਹਿਬ ਜਿਵੇਂ ਹੁਣ ਮੈਂ ਸ਼ੁਰੂਆਤ ਕੀਤੀ ਕਿ ਕਰੋਨਾ ਦੀ ਮਹਾਮਾਰੀ ਇਹ ਸਾਲ ਪਹਿਲਾਂ ਆਈ ਸੀ ਇੱਕ ਸਾਲ ਪਹਿਲਾਂ ਤਾਂ ਤਕਰੀਬਨ ਆਪਾਂ ਨੂੰ ਘਰੋਂ ਬਾਹਰ ਵੀ ਜਿਹੜਾ ਨਿਕਲਣਾ ਬਹੁਤ ਔਖਾ ਸੀ ਹੁਣ ਸਾਲ ਹੋ ਗਿਆ ਵੀ ਕੋਈ ਫਰਕ ਪਿਆ ਜਿਵੇਂ ਹੁਣ ਸੈਕੰਡ ਸਟ੍ਰੇਨ ਕਹ ਰਹੇ ਨੇ ਪਰ ਵੈਕਸੀਨੇਸ਼ਨ ਪਹਿਲੇ ਸਟ੍ਰੇਨ ਦੀ ਲੱਗ ਰਹੀ ਹੈ ਦੇਖੋ ਜਿਹੜਾ ਕਰੋਨਾ ਦੀ ਮਹਾਮਾਰੀ ਆਈ ਹੈ ਉਹਨੂੰ ਸਾਡੇ ਮੁਲਕ ਨੇ ਨਾ ਤਾਂ ਵਿਗਿਆਨਕ ਤੌਰ ਤੇ ਉਦੋਂ ਠੇ ਦੇਖਿਆ ਨਾ ਅੱਜ ਦੇਖਿਆ ਉਹਨਾਂ ਨੇ ਇਹਨੂੰ ਇੱਕ ਮਹਾਮਾਰੀ ਨੂੰ ਰੋਕਣ ਦਾ ਜਿਹੜਾ ਤਾਂ ਤਰੀਕਾ ਹੈ ਉਹਦੇ 'ਚ ਕੋਈ ਜੋਲ ਵਿਗਿਆਨਕ ਤੌਰ ਤੇ ਤਰੀਕੇ ਨੇ ਦੁਨੀਆ 'ਚ ਉਨੀ ਵਰਤੇ ਨਾ ਉਹਨਾਂ ਨੇ ਡਾਕਟਰੀ ਨੂੰ ਵਰਤਿਆ ਉਹਨਾਂ ਨੇ ਤਾਂ ਪੁਲਿਸ ਰਾਜ ਬਣਾਇਆ ਪੁਲਿਸ ਰਾਜ ਦੇ ਅਸੀਂ ਲੋਕਾਂ ਨੂੰ 마ਸਕ ਪਹਿਨਣ ਵਾਸਤੇ ਮਜਬੂਰ ਕਰਿਆ ਜਾ ਸਕਦਾ ਹੈ ਬਾਹਰ ਨਿਕਲਣ ਤੋਂ ਮਜਬੂਰ ਕਰਿਆ ਜਾ ਸਕਦਾ ਹੈ ਜੁਰਮਾਨੇ ਕਰੇ ਜਾ ਸਕਦੇ ਨੇ ਪਰ ਮਹਾਮਾਰੀ ਨਹੀਂ ਟੈਕਲ ਹੋ ਸਕਦੀ ਮਹਾਮਾਰੀ ਤਾਂ ਰਾਜ ਨਾਲ ਟੈਕਲ ਹੋਊਗੀ ਜਾਂ ਰੋਕਥਾਮ ਨਾਲ ਹੋਊਗੀ ਤੇ ਪੁਲਿਸ ਕਿਸੇ ਨੂੰ ਅੰਦਰ ਬਿਠਾ ਦੂਈ ਜੇ ਉਹਦਾ ਰੋਕਥਾਮ ਕਿੱਥੋਂ ਹੋਗੀ ਸੋ ਇਸ ਕਰਕੇ ਉਹ ਟੈਕਲ ਗਲਤ ਕਰੀ ਗਈ ਹੈ ਦੂਜੀ ਗੱਲ ਜਿਹੜੀ ਅਸੀਂ ਦੇਖੀਏ ਵੀ ਜਿਹੜਾ ਸਾਡੇ ਮੁਲਕ ਦੀ ਜਿਵੇਂ ਤੁਸੀਂ ਕਹਿੰਦਾ ਦੁਨੀਆ ਦੇ ਵਿੱਚ ਜੇ ਅਸੀਂ ਦੇਖੀ ਅਮਰੀਕਾ ਜਿਹੜਾ ਸਭ ਤੋਂ ਵੱਡਾ ਜਿਹਦੇ ਕੋਲ ਕਹਿੰਦੇ ਨੇ ਅਮੀਰ ਹੈ ਉਹਦੇ ਵਿੱਚ ਹਰ 10ਵੇਂ ਬੰਦੇ ਨੂੰ ਕਰੋਨਾ ਹੋ ਗਿਆ ਹਰ 10ਵੇਂ ਬੰਦੇ ਨੂੰ ਉਹਦੇ ਵਿੱਚ 5.5 ਲੱਖ ਮੌਤ ਹੋ ਚੁੱਕੀ ਕਰੋਨਾ ਨਾਲ ਜੇ ਕੋਈ ਕਹਿੰਦਾ ਵੀ ਝੂਠੀਆਂ ਫਿਗਰ ਦਿੰਦੇ ਨੇ ਤਾਂ ਝੂਠੀਆਂ ਵੀ ਕਿੰਨੀਆਂ ਝੂਠੀਆਂ ਹੋ ਜਾਣਗੀਆਂ ਇਸ ਤੋਂ ਅੱਗੇ ਭਾਰਤ ਦੀ ਗੱਲ ਕਰੀਏ ਭਾਰਤ ਵਿੱਚ ਬੜਾ ਜਿਹੜਾ ਡਰਾਮਾ ਦਿੱਤਾ ਜਾ ਰਿਹਾ ਹੈ 95 ਮੁਲਕ ਉਹ ਨੇ ਜਿਨ੍ਹਾਂ ਦੇ ਵਿੱਚ 1 ਲੱਖ ਪਿੱਛੇ ਜਿਹੜੇ ਕੇਸਾਂ ਦੀ ਗਿਣਤੀ ਵੀ ਘੱਟ ਹੈ ਭਾਰਤ ਨਾਲ 105 ਮੁਲਕ ਉਹ ਨੇ ਜਿੱਥੇ 1 ਲੱਖ ਪਿੱਛੇ ਮੌਤਾਂ ਦੀ ਗਿਣਤੀ ਵੀ ਭਾਰਤ ਨਾਲੋਂ ਘੱਟ ਹੈ ਤੇ ਉਹਨਾਂ ਚੋਂ ਬਹੁਤ ਸਾਰੇ ਉਹ ਮੁਲਕ ਨੇ ਜਿਨ੍ਹਾਂ ਨੇ ਕੋਈ ਲੋਕਡਾਊਨ ਨਹੀਂ ਲਾਇਆ ਜਿਨ੍ਹਾਂ ਨੇ ਕੋਈ ਇਹ ਜੇ ਟੱਲ ਨਹੀਂ ਖੜਕਾਏ ਜਿਨ੍ਹਾਂ ਨੇ ਕੋਈ ਘੰਟੀਆਂ ਨਹੀਂ ਵਜਾਈਆਂ ਜਿਨ੍ਹਾਂ ਨੇ ਕੋਈ ਮੋਮਬਤੀਆਂ ਨਹੀਂ ਜਲਾਈਆਂ ਜਿਨ੍ਹਾਂ ਨੇ ਕੋਈ ਗੋ ਕੋਰੋਨਾ ਗੋ ਕੋਰੋਨਾ ਨਹੀਂ ਕਿਹਾ ਕਿਸੇ ਨੇ ਕੋਈ ਗਲੋਏ ਨਹੀਂ ਪੁਲਾਈ ਕਿਸੇ ਨੇ ਕੋਈ ਰਾਮਦੇਵ ਜੀ ਦੀ ਬੱਠੀ ਨਹੀਂ ਦਿੱਤੀ ਸੋ ਇਸ ਕਰਕੇ ਸਾਨੂੰ ਇਹ ਸੋਚਣਾ ਪਊ ਵੀ ਇਹ ਇੰਨੇ 95 ਮੁਲਕ ਉਹਨਾਂ ਦੀ ਗਿਣਤੀ ਸਾਤੋਂ ਘੱਟ ਹੈ ਔਰ ਕੌਣ ਸਾਡੇ ਆਲੇ-ਦਾਲ ਗਰੀਬ ਮੁੜਕ ਨੇ ਸਾਰੇ ਸਤੋਂ ਸਾਰੇ ਗਰੀਬ ਨੇ ਪਾਕਿਸਤਾਨ శ్రీਲੰਕਾ ਬੰਗਲਾਦੇਸ਼ ਬਰਮਾ ਜਿਹਨੂੰ ਮਿਆਂਮਾਰ ਕਹਿੰਦੇ ਨੇ ਸਿੰਗਾਪੁਰ ਮਲੇਸ਼ੀਆ ਤਾਈਵਾਨ ਨੇਪਾਲ ਭੂਟਾਨ ਗੁੰਢੀ ਨੇ ਨਾ ਇਹਨਾਂ ਸਾਰਿਆਂ 'ਚ ਹੀ ਪ੍ਰਤੀ ਲੱਖ ਪੋਪੂਲੇਸ਼ਨ ਕੇਸ ਵੀ ਘਟਨੇ ਮੋਤਾਂ ਵੀ ਘਟਨੇ ਸਾਡੇ ਨਾਲ ਔਰ ਇਹਨਾਂ ਜੋ ਬੋਲਤੇ ਆਣੇ ਆ ਪਾਕਿਸਤਾਨ ਨੇ ਤਾਂ ਇਮਰਾਨ ਖਾਨ ਨੇ ਕਹੀ ਦਿੱਤੀ ਅਸੀਂ ਨਹੀਂ ਕੋਈ ਕਰਫੂ ਘਰ ਲਾਉਣਾ ਅਸੀਂ ਨਹੀਂ ਕੋਈ ਲਾਕਡਾਊਨ ਕਰਨਾ ਸਾਡੀ ਇਕਨੋਮੀ ਪਹਿਲੇ ਮਾੜਾ ਹਾਲ ਹੋਇਆ ਪਿਆ ਨਹੀਂ ਕਿਹਾ ਜਾਂਦਾ ਸੀ ਵੀ ਡਾਕਟਰ ਸਾਹਿਬ ਹੀ ਕਿਤਨਾ ਕਿਤੇ ਵੀ ਇਹ ਮੈਂਟਲੀ ਟੌਰਚਰ ਕਰਨ ਵਾਲੀ ਬਿਮਾਰੀ ਬਣਾ ਦਿੱਤੀ ਗਈ ਹੈ ਵੀ ਲੋਕਾਂ ਦੇ ਮਨਾਂ ਦੇ ਵਿੱਚ ਡਰ ਇਹ ਨਾ ਬਣਾਤਾ ਕਿ ਕਰੋਨਾ ਮਹਾਮਾਰੀ ਬਹੁਤ ਵੱਡੀ ਹੈ ਨਹੀਂ ਇਹ ਮੈਂ ਅਗਲੀ ਗੱਲ ਤੇ ਹਾਂ ਨਾ ਪਹਿਲੀ ਗੱਲ ਅਸੀਂ ਇਹਨੂੰ ਸੈਂਟੀਫਿਕਲੀ ਟੈਕਨਿਕ ਨਹੀਂ ਕਰਿਆ ਕਿਉਂ ਨਹੀਂ ਕਰਿਆ ਇਹ ਕਦੇ ਡਰ ਕਰਕੇ ਨਹੀਂ ਡਾਰੇ ਇੱਕ ਪਾਰਟ ਹੈ ਇਹ ਅਸੀਂ ਲੋਕਾਂ ਦੇ ਵਿੱਚ ਜਿਹੜਾ ਵਿਗਿਆਨਕ ਨਜ਼ਰੀਆ ਹੈ ਉਹ ਖਤਮ ਕਰਨਾ ਚਾਹੁੰਦੇ ਆਂ ਅਸੀਂ ਲੋਕਾਂ ਨੂੰ ਉਹੀ ਮੁੜ ਕੇ ਪ੍ਰਾਣੇ ਵੀ ਟੂਣਾ ਟਾ ਮੰਨਤੇ ਹੋਰ ਉਸ ਵਾਸਤੇ ਲੈ ਕੇ ਜਾਣਾ ਚਾਹਣਾ ਇਸੇ ਕਰਕੇ ਅਸੀਂ ਇਹੋ ਜਿਹਾ ਪ੍ਰਧਾਨ ਮੰਤਰੀ ਰੋਜ਼ ਇਹੋ ਜਿਹਾ ਬਿਆਨ ਦੇ ਜਾਂਦੇ ਨੇ ਔਰ ਬਿਆਨ ਕੀ ਦਿੱਤਾ 18 ਦਿਨਾਂ ਚ ਕਹਿੰਦੇ ਅਸੀਂ ਜੰਗ ਜਿੱਤ ਲਿਆ ਅਸੀਂ ਦਾ ਮਹਾਭਾਰਤ ਦਾ ਹੁਣ 21 ਦਿਨ ਚ ਕਰੋਨਾ ਭਜਾ ਦਾਂਗੇ ਹੁਣ ਤਾਂ 21 ਮਹੀਨੇ ਹੋਣ ਆਲੇ ਹੋ ਗਏ ਕਰੋਨਾ ਤਾਂ ਫੇਰ ਨਹੀਂ ਭਜਿਆ ਸੋ ਇਸ ਕਰਕੇ ਦੂਜਾ ਜਿਹੜਾ ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈ ਅਸੀਂ ਕਰੋਨਾ ਨੂੰ ਇੱਕ ਡਰ ਦੇ ਤੌਰ ਤੇ ਪ੍ਰੋਜੈਕਟ ਕਰਿਆ ਸਟੇਟ ਦੇ ਅੰਦਰ ਰੱਖਣ ਦਾ ਵੀ ਦਾ ਤੁਹਾਨੂੰ ਡੰਡੇ ਨਾਲ ਤੁਹਾਡਾ ਟੱਟੀ ਪਿਸ਼ਾਬ ਬੰਦ ਕਰਾਂਗੇ ਔਰ ਕਿੱਦੇ ਬੰਦ ਕਰਿਆ ਇਹ ਲੋਕ ਭੁੱਲ ਜਾਂਦੇ ਨੇ 23 ਮਾਰਚ 2020 ਨੂੰ ਜਿੱਦੇ ਸਾਡੇ ਪ੍ਰਧਾਨ ਮੰਤਰੀ ਨੇ ਕਹੇਗੇ 25 ਤਰੀਕ ਤੋਂ ਅਸੀਂ ਲਾਕਡਾਊਨ ਲਾਤਾ 22 ਤਰੀਕ ਨੂੰ ਪਹਿਲਾਂ ਹੁਣ ਤੱਕ ਖੜਕਵਾਏ ਉਦੋਂ ਸਿਰਫ 499 ਕੇਸ ਸੀ ਤੇ ਦੇਸ਼ 'ਚ 10 ਮੌਤਾਂ ਹੋਈਆਂ ਸੀ ਜਿੱਦੇ ਖੋਲ੍ਹਿਆ ਉਦੋਂ 1 ਲੱਖ ਕੇਸ ਰੋ ਜਾ ਰਿਹਾ ਸੀ ਜਿੱਦੋਂ ਲਾਕਡਾਊਨ ਖੋਲ੍ਹਿਆ 1 ਲੱਖ ਕੇਸ ਆ ਰਿਹਾ ਸੀ ਤੁਸੀਂ ਆਪੇ ਹਿਸਾਬ ਲਾ ਲਓ ਵੀ ਜਿੰਨੇ 1 ਲੱਖ ਕੇ ਸਾਰੇ ਉਹਦੇ ਤੁਸੀਂ ਖੋਲ ਰਹੇ ਹੋ ਫੇਰ ਹੀ ਕੰਬੀਬੀਸ ਦਾ ਇਮਤਿਹਾਨ ਕਰਾਇਆ ਐਂਟਰੈਂਸ ਟੈਸਟ 5% ਜਿਹਨੇ ਨੰਬਰ ਲਾਇਆ ਉਸ ਟੈਸਟ ਉਹਨੂੰ ਵੀ ਦਾਖਲ ਕਰਤਾ 15 ਲੱਖ ਬੱਚੇ ਦਾ ਇੱਕੋ ਦਿਨ ਚ ਟੈਸਟ ਲਿਆ 1 ਲੱਖ ਕੇ ਰੋਜ਼ ਆ ਰያ ਸੀ ਉਦੋਂ ਕਰੋਨਾ ਕਿੱਧਰ ਗਿਆ ਸੀ ਸੋ ਕਦੇ ਵੀ ਰਾਤ ਨੂੰ ਕਾਰਫੂ ਲਾ ਦਿਓ ਜੀ ਕਦੇ ਫਲਾਣੀ ਚੀਜ਼ ਤੇ ਸ਼ਰਾਬ ਦੇ ਠੇਕੇ ਤੇ ਲਾਓ ਨਾ ਹੋਰ ਚੀਜ਼ ਤੇ ਲਾ ਦਿਓ ਸੋ ਬਹੁਤ ਸਾਊ ਪੋਤਾ ਕਹਿੰਦੇ ਸਰਕਾਰ ਦਾ ਕਹਿੰਦੇ ਰਾਤ ਨੂੰ ਹੀ ਆਉਂਦਾ ਸੋ ਹੁਣ ਲੋਗ ਕਿਉਂਕਿ ਲੋਕਾਂ ਨੂੰ ਲੱਗਦਾ ਹੈ ਵੀ ਇਹ ਕੋਈ ਤਰਕ ਸੰਗਤ ਕਰ ਨਹੀਂ ਕਰਦੇ ਇਹ ਕੋਈ ਵਿਗਿਆਨ ਵਾਲੀ ਗੱਲ ਨਹੀਂ ਕਰਦੇ ਇਹ ਐਵੇਂ ਡੰਡਾ ਜਿਹਾ ਫੇਰੀ ਜਾਂਦੇ ਨੇ ਆਪ ਇਹ ਰੱਡੀਆਂ ਕਰੀ ਜਾਂਦੇ ਨੇ ਜਿੱਥੇ ਚੋਣ ਹੁੰਦੀ ਹੈ ਉੱਥੇ ਕੋਈ ਕਰੋਨਾ ਨਹੀਂ ਇਹਨਾਂ ਵਾਸਤੇ ਜਿੱਥੇ ਇਹਨਾਂ ਦਾ ਹਿੰਦੂਆਂ ਦਾ ਕੋਈ ਤਿਹਾਰ ਹੋਵੇ ਉੱਥੇ ਕੋਈ ਕਰੋਨਾ ਨਹੀਂ ਆ ਹੁਣ ਹੁਣ ਹੈ ਕੁੰਭ ਉੱਥੇ 5 ਕਰੋੜ ਬੰਦੇ ਨੇ ਆਉਣਾ ਉੱਥੇ ਟੈਸਟ ਵੀ ਨਹੀਂ ਕਰਾਣਾ ਐਥੇ ਆਨੰਦਪੁਰ ਤੇ ਜਾਣਾ ਸੀ ਤਾਂ ਕਹਿੰਦੇ ਟੈਸਟ ਕਰਾਓ ਸੋ ਲੋਕ ਇਹ ਸਮਝਦੇ ਨੇ ਕਦੇ ਕਹਿੰਦੇ ਤਬਲੀਗੀਆਂ ਨੇ ਫੜਾਤਾ ਕਦੇ ਕਹਿੰਦੇ ਹਜੂਰ ਸਾਹਿਬਾਂ ਲੈਣੇ ਫੜਾਤਾ ਕਦੇ ਕਹਿੰਦੇ ਪੰਜਾਬ ਦੇ ਕਿਸਾਨਾਂ ਨੇ ਫੜਾਤਾ ਹੁਣੀ ਹਰਸ਼ਵਰਧਨ ਜੀ ਦਾ ਬਿਆਨ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਫੜਾਤਾ ਸੋ ਇਹਦੇ ਚੋਂ ਲੋਕਾਂ ਨੂੰ ਤਿੰਨ ਗੱਲਾਂ ਲੱਗਦੀਆਂ ਨੇ ਅ ਮੈਂ ਸਹਿਮਤਾ ਹਾਂ ਨਾਲ ਉਹ ਇੱਕ ਗੱਲ ਤੇ ਲੱਗਦੀ ਆ ਵੀ ਕਰੋਨਾ ਮਹਾਮਾਰੀ ਜਿਹੜਾ ਇਹ ਕਹਿੰਦਾ ਵੀ ਕਰੋਨਾ ਹੈ ਹੀ ਨਹੀਂ ਉਹ ਝੂਠ ਬੋਲਦਾ ਦੁਨੀਆ ਚਾਹਤਾ ਇਹ ਕੋ ਸਾਰਾ ਮੁਲਕ ਤਾਂ ਸਾਰੀ ਦੁਨੀਆ ਦੇ ਮੁਲਕ ਤਾਂ ਨਹੀਂ ਨਾ ਇਦਾਂ ਹੋ ਸਕਦੇ ਇਟਲੀ ਚ ਹੋਈਆਂ ਨੇ ਇੰਗਲੈਂਡ ਚ ਹੋਈਆਂ ਨੇ ਫਰਾਂਸ ਚ ਹੈ ਜਾਪਾਨ ਚ ਹੈ ਰੂਸ ਚ ਹੈ ਚੀਨ ਚ ਹੈ ਅਮਰੀਕਾ ਚ ਹੈ ਜਰਮਣੀ ਚਾਹ ਹੁਣ ਆਏ ਕੋਈ ਕਹੇ ਵੀ ਹਰੇਕ ਜੀ ਝੂਠ ਬੋਲਦੀ ਜਾਂਦਾ ਇਹ ਤਾਂ ਫਿਰ ਕੋਈ ਵੀ ਕੁਝ ਕਹਿ ਸਕਦਾ ਅੱਛਾ ਡਾਕਟਰ ਸਾਹਿਬ ਇੱਕ ਚੀਜ਼ ਮੈਂ ਟੋਕਣਾ ਚਾਹਾਂਗਾ ਇੱਕ ਚੀਜ਼ ਪਤਾ ਲੱਗੀ ਜਿਵੇਂ ਤੁਸੀਂ ਮੌਤਾਂ ਦੀ ਗੱਲ ਕੀਤੀ ਹੈ ਨਾ ਮੌਤਾਂ ਇੰਨੀ ਹੋ ਰਹੀਆਂ ਨੇ ਅੰਕੜਾ ਬਹੁਤ ਵੱਡਾ ਮੌਤਾਂ ਦਾ ਹੁਣ ਤਾਂ ਲੱਖ ਤੋਂ ਵੀ ਕਿੰਨੇ ਲੱਖਾਂ ਦੇ ਵਿੱਚ ਚਲ ਗਈ ਹੈ ਗਿਣਤੀ ਅੱਛਾ ਕਹਿ ਰਹੇ ਨੇ ਕਿ ਅੱਜ ਕੱਲ੍ਹ ਇੱਕ ਸੂਤਰਾਂ ਤੋਂ ਪਤਾ ਲੱਗੇ ਕਹਿੰਦੇ ਵੀ ਜੇ ਮੌਤ ਕੋਈ ਹੁੰਦੀ ਹੈ ਨਾ ਤੇ ਜੇ ਮੰਨ ਲਓ ਜੀ ਉਹਦੀ ਅਸਲ ਰਿਐਲਿਟੀ ਦੇ ਵਿੱਚ ਉਹਦੀ ਮੌਤ ਜੇ ਹਾਰਟ ਅਟੈਕ ਨਾਲ ਹੋਈ ਹੈ ਪਰ ਜੇ ਉਹਦਾ ਕਰੋਨਾ ਪੋਜ਼ਿਟਿਵ ਆ ਜਾਂਦਾ ਤਾਂ ਉਹਨੂੰ ਕਰੋ 28.2 ਲੱਖ ਮੌਤ ਦੁਨੀਆ ਚ ਹੋ ਗਈ। ਹੂੰ ਜੀ ਚੋਂ 564000 ਕਦੇ ਅਮਰੀਕਾ ਚ ਹੋਈ ਹੈ। 166000 ਭਾਰਤ ਚ ਹੋਈ ਹੈ। ਹੂੰ 3 ਲੱਖ ਤਕਰੀਬਨ ਬ੍ਰਾਜ਼ੀਲ ਚ ਹੋਈਆਂ ਨੇ। ਤੇ ਜਿਹੜੀਆਂ ਇਹ ਮੌਤਾਂ ਨੇ ਇੱਕ ਸਟੈਂਡਰਡ ਤੁਹਾਨੂੰ ਬਣਾਉਣਾ ਹੁੰਦਾ। ਵੀ ਤੁਸੀਂ ਕਿਹੜੀ ਮੌਤ ਨੂੰ ਉਹਦਾ ਕਾਰਨ ਮੈਂ ਡਾਕਟਰ ਅਸੀਂ ਰੋਜ਼ ਹੀ ਕਾਰਨ ਲਿਖਦੇ ਆ। ਪਹਿਲੀ ਗੱਲ ਕੋਈ ਵੀ ਮੌਤ ਉਦੋਂ ਹੁੰਦੀ ਹੈ ਜਦ ਬੰਦੇ ਦੇ ਜੱਤਾਂ ਰੁਕ ਜਾਂਦਾ ਹੈ, ਜਦ ਦੇ ਰੁਕ ਜਾਂਦਾ ਹੈ। ਸਾਰੇ ਆਪਾਂ ਦੇਖਦੇ ਹਾਂ ਨਾ ਕਹਿੰਦੇ ਜੇ ਨਬਜ਼ ਟੁੱਟ ਗਈ। ਤਾਹੀ ਮੋੜ ਹੁਣੇ ਦਾ ਮਤ ਇਹ ਨਹੀਂ ਵੇ ਨਬਜ ਬੰਦ ਹੋਈ ਤਾਂ ਮਰ ਗਿਆ ਨਬਜ ਬੰਦ ਹੋ ਕੇ ਤਾਂ ਅਸੀਂ ਉਹਨੂੰ ਮਰਿਆ ਡਿਕਲੇਅਰ ਕਰਤੀਆਂ ਉਹਦੀ ਨਬਜ ਕਿਉਂ ਬੰਦ ਹੋਈ ਹੋ ਸਕਦਾ ਉਹਨੂੰ ਨਮੂਨੀਆ ਹੋਵੇ ਹੋ ਸਕਦਾ ਉਹਦਾ ਗੁਰਦਾ ਫੇਲ ਹੋਵੇ ਹੋ ਸਕਦਾ ਉਹਨੂੰ ਕੋਈ ਹੋਰ ਬਿਮਾਰੀ ਹੋਵੇ ਸੋ ਜਿਹੜਾ ਕਰੋਨਾ ਪੋਜ਼ਿਟਿਵ ਦੀ ਡੈਫੀਨੇਸ਼ਨ ਆਮ ਤੌਰ ਤੇ ਕੀ ਕਰਦੇ ਨੇ ਡਾਕਟਰ ਬਚਨワਸੇ ਕੀ ਲਿਖ ਦਿੰਦੇ ਕਾਰਡੀਓ ਰੈਸਪੀਰੇਟਰੀ ਫੇਲਰ ਯਾਨੀ ਕਿ ਇਹਦਾ ਹਾਰਟ ਤੇ ਫੇਫੜਾ ਫੇਲ ਹੋ ਗਿਆ ਉਹਨੂੰ ਪੁੱਛੋ ਹੋਇਆ ਕਿਉਂ ਫੇਰ ਭਾਈ ਉਹ ਦੱਸ ਦੇਣੀ ਸੀ WHO ਨੇ ਇੱਕ ਸਟੈਂਡਰਡ ਬਣਾਇਆ। ਹਮਮ। ਔਰ ਮੈਂ ਇਸ ਮੁਤਫਕ ਹਾਂ ਉਹ ਸਟੈਂਡਰਡ ਸਾਨੂੰ ਬਣਾਉਣੇ ਪੈਣਗੇ। ਇੱਕ ਬੰਦਾ ਕਰੋਨਾ ਪੋਜ਼ਿਟਿਵ ਆ ਗਿਆ। ਉਹਦੀ ਚਾਹੇ ਐਕਸੀਡੈਂਟ ਚ ਮੌਤ ਹੋ ਗਈ ਜਿਵੇਂ ਤੁਸੀਂ ਕਹਿੰਦੇ ਹੋ। ਚਾਹੇ ਹਾਰਟ ਅਟੈਕ ਹੋ ਕੇ ਹੋ ਗਈ। ਹਮਮ। ਹੁਣ ਐਕਸੀਡੈਂਟ ਹੋ ਕੇ ਕੀ ਕਰੋਨਾ ਨੇ ਉਹਦੇ ਚ ਕੰਟ੍ਰਿਬਿਊਟ ਕਰੇ ਉਹਦਾ ਐਕਸੀਡੈਂਟ ਹੋਇਆ ਹੀ ਤਾਂ ਹੋਵੇ ਕਰੋਨਾ ਕਰਕੇ ਬੇਸਰਤ ਹੋਇਆ ਹੋਵੇ। ਜਾਂ ਉਹਦਾ ਐਕਸੀਡੈਂਟ ਹੋ ਗਿਆ ਤੇ ਜੇ ਕਰੋਨਾ ਨਾ ਹੁੰਦਾ ਉਹ ਬਚ ਰਹਿੰਦਾ ਤੂੰ ਕਰੋਨਾ ਕਰਕੇ ਉਹ ਮਰ ਗਿਆ ਕਿਉਂਕਿ ਨਾਰਮਲ ਕਰੋਨਾ ਕਰੇ ਤਾਂ 10 ਮਿੰਟ ਚ ਬੰਦਾ ਮਰ ਜਾਂਦਾ। ਸੋ ਤੁਹਾਨੂੰ ਕੋਈ ਸਟੈਂਡਰਡ ਬਣਾਉਣਾ ਪ ਉਹ ਸਟੈਂਡਰਡ ਜ਼ਰੂਰੀ ਨਹੀਂ ਵੀ ਪੂਰਾ ਹੈ 9 ਕਿ ਕਿ ਹੋਵੇ ਸੋ ਸਟੈਂਡਰਡ ਉਹਨਾਂ ਨੇ ਇਹ ਬਣਾਤਾ ਅਭੀ ਜਿਹੜਾ ਵੀ ਕਰੋਨਾ ਪੋਜ਼ਿਟਿਵ ਆ ਗਿਆ ਐ ਹੀ ਨਹੀਂ ਵੀ ਉਹੀ ਸ਼ੰਕਾ ਹੈ ਜਿਹੜਾ ਕਰੋਨਾ ਪੋਜ਼ਿਟਿਵ ਆ ਗਿਆ ਉਹਦੀ ਮੌਤ ਦਾ ਕਾਰਨ ਤੁਸੀਂ ਕੁਝ ਵੀ ਹੋਵੇ ਉਹਨੂੰ ਕਰੋਨਾ ਮੌਤ ਤੇ ਪਾਉਣਾ ਤੁਸੀਂ ਕਿਸੇ ਪਤਾ ਤੇ ਪਾਉਣਾ ਹੀ ਹੈ ਨਾ ਤੁਸੀਂ ਇਹ ਡੱਬੇ ਰੱਖੇ ਨੇ ਤੁਸੀਂ ਕਹਿੰਦੇ ਇੱਥੇ ਪਾਤਾ ਇੱਥੇ ਪਾਤਾ ਇੱਥੇ ਪਾਤਾ ਜਿਹੜਾ ਕਹਿੰਦੇ ਨਾ ਵੀ ਆ ਤੁਸੀਂ ਸੁੱਕਾ ਕੂੜਾ ਇੱਥੇ ਪਾਓ ਫੜਾਣਾ ਇੱਥੇ ਪਾਉਣਾ ਚੰਡੀਗੜ੍ਹ ਦੀ ਤੁਸੀਂ ਕਿੱਥੇ ਤੱਕ ਉਹਨੂੰ ਖਾਣੇ ਚ ਪਾਓਗੇ ਤੁਸੀਂ ਹੁਣ ਇੱਕ ਜਿਹੜਾ ਐਕਸੀਡੈਂਟ ਹੋਇਆ ਤੁਸੀਂ ਕਿਵੇਂ ਡਿਫਾਈਨ ਕਰੋਗੇ ਵੀ ਇਹਦੇ ਐਕਸੀਡੈਂਟ ਦੇ ਵਿੱਚ ਐਕਸੀਡੈਂਟ ਕਰਕੇ ਮੌਤ ਹੋਈ ਹੈ ਜਾਂ ਕਰੋਨਾ ਕਰਕੇ ਵੀ ਹੋਈ ਹੈ ਤੁਹਾਨੂੰ ਕੋਈ ਫਿਕਸ ਫਾਰਮੂਲਾ ਲੈਣਾ ਪੈਂਦਾ ਹੈ ਜ਼ਰੂਰੀ ਨਹੀਂ ਉਹ ਫਾਰਮੂਲਾ ਪੂਰੇ ਦਾ ਪੂਰਾ ਐਂਡ ਸਾਇੰਟਿਫਿਕਲੀ ਠੀਕ ਵੀ ਹੋਵੇ ਸਾਇੰਸ ਕਦੇ ਵੀ 100% ਕੋਈ ਡਾਕਟਰ ਕਹਿੰਦੇ ਨਾ ਸਾਇੰਸ ਵੀ 100% ਕਰ ਨਹੀਂ ਹੁੰਦੀ ਸੋ ਇਸ ਕਰਕੇ ਇਹ ਕਹਿਣਾ ਕਿ ਜਿਹਨੂੰ ਕਰੋਨਾ ਪੋਜ਼ਿਟਿਵ ਆ ਗਿਆ ਉਹਦੀ ਮੌਤ ਦਾ ਕਾਰਨ ਕੋਈ ਵੀ ਹੋਵੇ ਤੁਸੀਂ ਉਹਨੂੰ ਕਰੋਨਾ ਮੌਤ ਤੇ ਪਾ ਦਿਓ ਕਿਸੇ ਪਾਸੇ ਪਾਉਣਾ ਹੈ ਉਸਨੂੰ ਕਿਉਂਕਿ ਕਿਉਂਕਿ ਇਹ ਤਾਂ ਪਤਾ ਵੀ ਕਰੋਨਾ ਨਾਲ ਤਾਂ ਮੌਤ ਹੋ ਹੀ ਸਕਦੀ ਹੈ ਨਾ ਐਕਸੀਡੈਂਟ ਨਾਲ ਤਾਂ ਬਚ ਵੀ ਸਕਦਾ ਸੋ ਜਿਹੜਾ ਬੰਦਾ ਪੋਜ਼ਿਟਿਵ ਆ ਗਿਆ ਉਹਨੂੰ ਕਰੋਨਾ ਮੌਤ ਪਾਇਆ ਉਹਦੇ ਚ ਕਿੰਨੇ ਪਰਸੈਂਟ ਗਲਤ ਹੋ ਮੰਨ ਲਓ ਐਕਸੀਡੈਂਟ ਨਾਲ ਕਿੰਨੀਆਂ ਮੌਤਾਂ ਹੋਈਆਂ ਹੋਣਗੀਆਂ 28 ਲੱਖ ਚੋਂ ਆਪਾਂ ਮੰਨ ਲਓ 1 ਲੱਖ ਮੌਤ ਹਾਲਾਂਕਿ ਬਹੁਤ ਜ਼ਿਆਦਾ ਵੱਡੀ ਗਿਣਤੀ ਹੈ ਐਕਸੀਡੈਂਟ ਕਰਕੇ ਹੋਗੀ 1 ਲੱਖ ਹਾਰਟ ਅਟੈਕ ਕਰਕੇ ਹੋਗੀ 1 ਲੱਖ ਗੁਰਦਾ ਫੇਲ ਹੋਣ ਕਰਕੇ ਹੋਗੀ ਤਾਂ ਵੀ 25 ਲੱਖ ਤਾਂ ਕਰੋਨੇ ਕਰਕੇ ਹੋਈ ਦੇ ਅ ਲੋਕਾਂ ਦੇ ਪਹਿਲਾਂ ਵੀ ਲੋਕ ਤਾਂ ਇਹਨਾਂ ਜਿਹੜਾ ਅੰਕੜਾ ਜੇ ਦੇਖਿਆ ਜਾਵੇ ਤਾਂ ਕਹਿੰਦੇ ਪਿਛਲੇ ਸਾਲਾਂ ਦੇ ਵਿੱਚ ਵੀ ਕਰੋਨਾ ਜਦ ਨਹੀਂ ਵੀ ਸੀਗਾ ਜਦ ਵੀ ਲੋਕ ਇਨੇ ਮਰਦੇ ਸੀ ਪਰ ਆਇਤ ਕੀ ਹਵਾਲਾ ਜਿਹੜਾ ਹੈ ਕਰੋਨਾ ਦੇ ਦੇ ਦਿੱਤਾ ਨਹੀਂ ਇਹ ਵੀ ਗਲਤ ਕਹਿੰਦੇ ਨੇ ਜਦ ਤੁਸੀਂ ਵਿਗਿਆਨ ਦਾ ਕਿਉਂਕਿ ਇਹਨਾਂ ਨੇ ਵਿਗਿਆਨ ਦਾ ਖੜਾ ਛੱਡਿਆ ਹੋਇਆ ਜੇ ਅਸੀਂ ਇਸ ਨੂੰ ਦੇਖੀਏ ਤਾਂ ਲੋਕਾਂ ਦੀ ਇਹ ਸੋਚ ਹੀ ਗਲਤ ਹੈ ਬਈ ਲੋਕ ਤਾਂ ਬਹੁਤ ਜ਼ਿਆਦਾ ਮਰਦੇ ਨੇ ਭਾਰਤ ਦੇ ਵਿੱਚ ਹਰ ਰੋਜ਼ 27000 ਬੰਦਾ ਰੋਜ਼ ਮਰਦਾ ਤੇ ਟੋਟਲ ਮੌਤ ਹੋਈ ਹੈ 166000 64000 ਕੇ 66000 ਇਹ ਤਾਂ ਸਾਲੀਆਂ 7 ਦਿਨਾਂ ਜਿਹੜੀਆਂ ਮੌਤਾਂ ਹੋਈਆਂ ਹੂੰ 27000 ਰੋਜ਼ ਨਾਰਮਲੀ ਮਰਦਾ ਸੱਤ ਦਿਨਾਂ ਇਹ ਮੌਤਾਂ ਵਾਸਤੇ ਤੁਸੀਂ ਪੂਰਾ ਪੰਜਾਬ ਪੂਰਾ ਹਿੰਦੁਸਤਾਨ ਬੰਦ ਕਰ ਰੱਖਿਆ ਲੋਕਾਂ ਦਾ ਟੱਟੀ ਪਿਸ਼ਾ ਬੰਦ ਕਰਤਾ ਇਹ ਨਹੀਂ ਕਿ ਮੌਤਾਂ ਐਸੀ ਹੋ ਜਾਣੀਆਂ ਸੀ ਪਰ ਜੇ ਕੋਈ ਕਹਿੰਦਾ ਕਰੋਨਾ ਕਰਕੇ ਨਹੀਂ ਹੋਇਆ ਉਹ ਗਲਤ ਹੈ ਇਹ ਕਹਿਣਾ ਕਿ ਕਰੋਨਾ ਕਰਕੇ ਨਹੀਂ ਹੋਈਆਂ ਉਹ ਉਹੀ ਜੀ ਗਲਤੀ ਹੈ ਜਿਹਹੀ ਜੀ ਸਰਕਾਰ ਕਰ ਰਹੀ ਹੈ ਉਹ ਦੋਨੇ ਇੱਕੋ ਜਿਹੀ ਹੈ ਕਿਉਂਕਿ ਸਰਕਾਰ ਨਹੀਂ ਆਪ ਦੇ ਫਲਾਈ ਹੋਏ ਨੇ ਇੱਕ ਬੰਦਾ ਕਰੋਨਾ ਕੁਛ ਨਹੀਂ ਜਮਾ ਹੀ ਨਾ ਡਰੋ ਪ੍ਰਵਾਣਾ ਮੰਨੋ ਦੂਜੇ ਕਹਿੰਦੇ ਹਾਏ ਮਾਰੇ ਜਾਓਗੇ ਅੰਦਰ ਵੜ ਕੇ ਬਹਿ ਜਾਓ ਤੀਜੇ ਕਹਿੰਦੇ ਮੋਦੀ ਹੈ ਤਾਂ ਮੰਗਨ ਹੈ ਇਹ ਤਿੰਨੀ ਗਲਤ ਨੇ ਤਿੰਨੀ ਇਹ ਬੀਜੇਪੀ ਦੇ ਆਰਐਸਐਸ ਦੇ ਬੰਦੇ ਫਲਾ ਰਹੇ ਨੇ ਉਹਨਾਂ ਨੂੰ ਕੋਈ ਨਹੀਂ ਕੁਝ ਕਹਿਣਾ ਵੀ ਤੁਸੀਂ ਝੂਠ ਪ੍ਰਚਾਰ ਕਿਵੇਂ ਕਰ ਦਿਓ ਬਈ ਤੁਸੀਂ ਦਿਖਾਓ ਵਿਗਿਆਨ ਨਾਲ ਵੀ ਕਰੋਨਾ ਹੈ ਨਹੀਂ ਜਿਹੜੇ ਬੰਦੇ ਇਹਨਾਂ ਦੇ ਦਿੱਦੀ ਚ ਬੈਠ ਕੇ ਆਰਐਸਐਸ ਦੇ ਪ੍ਰਚਾਰ ਕਰ ਰਹੇ ਉਹਨਾਂ ਨੂੰ ਕਹੋ ਜਾ ਫਿਰ ਕਰੋਨਾ ਬਾੜ ਜਾ ਕੇ ਬਿਨਾ ਮਾਸਕ ਦਾ ਕਰਿਆ ਕਰਣ ਅੱਜ ਤੂੰ ਡਾਕਟਰ ਹੈ ਕਰੇ ਹਿੰਮਤ ਫਿਰ ਆਈ ਨਹੀਂ ਹੈ ਕਰੋਨਾ ਹੈਗਾ ਕਰੋਨਾ ਫੈਲਦਾ ਜਾ ਰਿਹਾ ਹੈ ਕੋਰੋਨਾ ਨਾਲ ਮੌਤਾਂ ਵੀ ਜ਼ਿਆਦਾ ਹੁੰਦੀਆਂ ਨੇ ਪਰ ਕੋਰੋਨਾ ਦਾ ਬਹਿਮ ਡਰ ਭੈ ਇੱਡਾ ਵੱਡਾ ਪੈਦਾ ਕਰਤਾ ਕਿ ਜਿੱਡਾ ਕਰਨ ਦੀ ਲੋੜ ਨਹੀਂ ਸੀ ਇਹ ਇਹਦੇ ਵਿੱਚ ਕਿਸ ਨਾਲ ਕਿਸ ਨੂੰ ਜ਼ਿਆਦਾ ਜ਼ਿੰਮੇਵਾਰ ਮੰਨਦੇ ਹੋ ਸਰਕਾਰ ਨੂੰ ਕਿ ਲੋਕਾਂ ਨੂੰ ਮੈਂ ਆਉਣਾ ਦੂਜੀ ਮੈਂ ਪੰਜਾਬ ਦੀ ਗੱਲ ਕਰਦਾ ਤੁਹਾਡੇ ਸਵਾਲ ਦਾ ਜਵਾਬ ਫੇਰ ਦਿੰਨਾ ਪੰਜਾਬ 'ਚ ਰੋਜ਼ ਨਾਰਮਲ 700 ਮੌਤ ਹੁੰਦੀ ਹੈ ਤੇ ਹੁਣ ਤੱਕ ਇੱਥੇ 7200 ਮੌਤ ਹੋਈ ਹੈ ਦੱਸ ਦੇਣਾ ਜਿੰਨੀ ਹੋਈ ਨਾ ਤੇ ਦੱਸ ਦੇਣਾ ਜਿੰਨੀ ਮੌਤ ਵਾਸਤੇ ਤੁਸੀਂ ਲੋਕਾਂ ਦਾ ਟੱਟੀ ਪਿਸ਼ਾ ਬੰਦ ਕਰਤਾ ਤੁਸੀਂ ਕਰਫਿਊ ਲਾਤੇ ਤੁਸੀਂ ਲੋਕਾਂ ਦਾ ਸਾਰੇ ਵਪਾਰ ਬੰਦ ਕਰਤੇ ਸੋਨੇ ਕਿਉਂ ਆਏ? ਤੁਸੀਂ ਕਹੋਗੇ ਫਿਰ ਆਏ ਕਿਉਂ ਆਏ? ਇੱਕ ਤਾਂ ਗੈਰ ਸੈਂਟੀਫਿਕ ਵਿਚਾਰਤਾ ਰਖਾਉਣੀ ਆ ਬੀਜੇਪੀ ਨੇ। ਦੂਜੀ ਆਮ ਲੋਕਾਂ ਦੇ ਵਪਾਰ ਬੰਦ ਕਰਕੇ ਤੁਹਾਡੇ ਛੋਟੇ-ਛੋਟੇ ਚੈਨਲ ਬੰਦ ਕਰਕੇ ਵੱਡਿਆਂ ਦੇ ਚੈਨਲ ਚਲਾਉਣੇ ਨੇ। ਛੋਟੀਆਂ ਦੁਕਾਨਾਂ, ਛੋਟੇ ਢਾਬੇ ਸਾਰਾ ਕੁਝ ਬੰਦ ਕਰਕੇ ਮਾਨੀ-ਡਾਨੀ ਦੇ ਵੱਡੇ ਵਪਾਰ ਚਲਾਉਣੇ ਨੇ। ਹੂੰ। ਟਰਾਂਸਪੋਰਟ ਉਹਨਾਂ ਦੀ ਚਲਾਉਣੀ ਐ। ਖੇਤੀ ਉਹਨਾਂ ਦੀ ਚਲਾਉਣੀ ਐ। ਵੱਡਾ ਵਪਾਰ ਉਹਨਾਂ ਦਾ ਚਲਾਉਣਾ ਐ। ਇੰਡਸਟਰੀ ਉਹਨਾਂ ਦੀ ਚਲਾਉਣੀ ਐ। ਉਹ ਤਾਂ ਛੱਡੂਗੀ ਜੇ ਥੱਲੇ ਵਾਲੇ ਬੰਦ ਹੋਣਗੇ। ਇਸ ਕਰਕੇ ਵੀ ਇਹਨਾਂ ਨੂੰ ਬੰਦ ਕਰੀ ਜਾਓ ਰੋਜੀ ਆਖਰਕਾਰ ਫੇਲ ਹੋ ਕੇ ਛੱਡ ਜਾਣਗੇ ਘਾਟੇ ਪੈ ਜਾਣਗੇ ਫਿਰ ਉਹਦਾ ਖੁੱਡਾ ਖੇਡ ਹਾਂ ਫਿਰ ਤਾਂ ਕੋਈ ਫਿਰ ਅਮਬਾਨੀ ਡਾਨੀ ਦੀ ਖੁੱਲ ਖੇਡ ਹੋਗੀ ਪਿਛਲੇ 1 ਸਾਲ ਦੇ ਵਿੱਚ ਤੁਸੀਂ ਜੇ ਡਾਟੇ ਦੇਖੋ ਆਕਸਫਾਰਮ ਦੇ ਅਮਬਾਨੀ ਡਾਨੀ ਦੀ ਤਾਂ 1.5 ਗੁਣਾ ਪ੍ਰਾਪਰਟੀ ਵਧ ਗਈ ਦੂਜੇ ਲੋਕਾਂ ਨੂੰ ਤਾਂ ਘਾਟੇ ਪੈ ਨੇ ਡਾਨੀ ਮੈਂ ਦੱਸ ਦਵਾਂ ਅਡਾਨੀ ਦਾ ਵੀ ਹੁਣ ਪਿੱਛੇ ਜਿਹੇ ਸਰਵੇ ਹੋਇਆ ਸੀ ਆ ਟੌਪ 20 ਰਿਚਸ ਪੀਪਲ ਦੇ ਵਿੱਚ ਆ ਗਿਆ ਜਿਹ ਵੀ ਕਹ ਰਹੇ ਨੇ ਵੀ ਜਿਹੜੀ ਵੈਲਥ ਹੈ ਉਹਨਾਂ ਦੀ ਉਹ ਡਬਲ ਟੇਬਲ ਟ੍ਰਿਪਲ ਤਰੀਕੇ ਨਾਲ ਵਧ ਗਈ ਠੀਕ ਹੋ ਗਿਆ ਨਾ ਹਾਂ ਸੋ ਇਹ ਕੀ ਦੀ ਹੈ ਜੇ ਕਰੋਨਾ ਦੇ ਵਿੱਚ ਬਾਕੀ ਸਭ ਨੂੰ ਘਾਟੇ ਪੈ ਰਹੇ ਨੇ ਪਰ ਨਹੀਂ ਰਾਣੀ ਦੀ ਕਿਵੇਂ ਵਧ ਰਹੀ ਹੈ ਤੇ ਕਰੋਨਾ ਲਾ ਕੇ ਕਰੋਨਾ ਦੇ ਉੱਤੇ ਕਾਰਫਿਊ ਲਾ ਕੇ ਲੋਕਾਂ ਦੇ ਵਪਾਰ ਬੰਦ ਕਰਨ ਦਾ ਇਹ ਇੱਕ ਸ਼ੈਤਾਨੀ ਹੈ ਜਿਵੇਂ ਕਿਸਾਨੀ ਮੇਲ ਲਿਆਉਂਦੇ ਨੇ ਲੇਬਰ ਦਾ ਦੇ ਮੇਲ ਲਿਆਉਂਦੇ ਨੇ ਐਨ ਆਰ ਸੀ ਸੀ ਐ ਨੰਦਾ ਸੀ ਲੋਕਾਂ ਨੂੰ ਟੰਗ ਕਰਨ ਵਾਸਤੇ ਪਾੜਨ ਵਾਸਤੇ ਇਦਾਂ ਹੀ ਇੱਕ ਇਹ ਤੀਜਾ ਤਰੀਕਾ ਚੌਥਾ ਵੀ ਡਿਜ਼ਾਸਟਰ ਮੈਨੇਜਮੈਂਟ ਦੇ ਅੰਡਰ ਸਾਰੇ ਵਪਾਰ ਹੌਲੀ-ਹੌਲੀ ਕਦੇ ਕੁਝ ਕਹਿ ਦੋ ਕਦੇ ਕੁਝ ਕਹਿ ਦੋ ਬੰਦ ਕਰ ਦੋ ਤਾਂ ਕਿ ਉਹਨਾਂ ਦੀ ਖੁੱਲ ਖੇਡ ਹੋ ਜਾਏ ਆਪੀ ਵਪਾਰ ਫੇਲ ਹੋ ਜਾਣ ਇਹ ਫੇਲ ਕਰਨ ਦਾ ਤਰੀਕਾ ਹੈ ਐਜੂਕੇਸ਼ਨ ਇੰਸਟੀਚੂਨਾਂ ਤੇ ਪੜ੍ਹਾਈ ਬੰਦ ਕਰ ਦੋ ਤਾਂ ਕਿ ਉਹ ਉਹਨਾਂ ਦੇ ਵੱਡੀਆਂ ਇੰਸਟੀਚੂਨਾਂ ਛੱਡਣ ਅੱਛਾ ਡਾਕਟਰ ਸਾਹਿਬ ਤੁਸੀਂ ਖੁਦ ਕੋਰੋਨਾ ਪੋਜ਼ਿਟਿਵ ਹੋਏ ਸੀਗੇ ਤੁਸੀਂ ਪੀਜੀਏ ਦੇ ਵਿੱਚ ਵੀ ਕੁਆਰੰਟਾਈਨ ਰਹੇ ਹੋ ਤੁਸੀਂ ਉੱਥੇ ਕਾਫੀ ਟਾਈਮ ਰਹਿ ਕੇ ਆਏ ਹੋ ਕਿੰਦਾਂ ਦੀ ਸਹੂਲਤ ਮੁਹੱਈਆ ਕਰਾਈ ਜਾਂਦੀ ਆ ਅਸਲ ਦੇ ਵਿੱਚ ਕਿਉਂਕਿ ਲੋਕ ਲੋਕਾਂ ਦੇ ਵਿੱਚ ਡਰ ਬਹੁਤ ਹੈ ਵੀ ਪਤਾ ਨਹੀਂ ਉੱਥੇ ਕੀ ਕਰਦੇ ਨੇ ਕਿਵੇਂ ਪੇਸ਼ੈਂਟਸ ਨੂੰ ਟਰੀਟ ਕਰਦੇ ਨੇ ਤੁਸੀਂ ਤਾਂ ਸ ਦੇਖੋ ਮੈਂ ਉੱਥੇ ਜਿਹੜਾ ਹੈਗਾ ਉੱਥੇ ਜਿਹੜਾ ਪ੍ਰਬੰਧ ਹੈ ਉੱਥੇ ਜਾਂਦਾ ਜਿਹੜੇ ਕਰਨ ਵਾਲੇ ਨੇ ਜਿਹੜੇ ਕਲੇਮ ਕਰਦੇ ਨੇ ਉਹ ਤਾਂ ਸਾਰਾ ਗੱਪ ਕਰਦੇ ਨੇ ਉਹ ਦੇਖਣ ਨੂੰ ਲੱਗੂਗਾ ਹੈ ਜੀ ਪੀਜੀ ਚ ਗੱਪ ਹੈ ਮੈਂ ਦੱਸ ਦਿੰਦਾ ਕਿਵੇਂ ਉੱਥੇ ਜਿਹੜਾ ਇਲਾਜ ਕਰਦੇ ਨੇ ਜਿਹੜੇ ਤਾਂ ਲੋਕ ਇਹ ਕਹਿੰਦੇ ਉੱਥੇ ਤਾਂ ਜਿਹੜੇ ਮਰੀਜ਼ ਨੂੰ ਹੱਥ ਨਹੀਂ ਲਾਉਂਦੇ ਉਹ ਤਾਂ ਡਰੇ ਰਹਿੰਦੇ ਨੇ ਗਲਤ ਹੈ ਉੱਥੇ ਜਿਹੜੇ ਕਲਾਸ 4 ਨੇ ਹਮ ਸਵੀਪਰ ਨੇ ਨਰਸਾਂ ਨੇ ਤੇ ਡਾਈਟ ਵੰਡਣ ਵਾਲੇ ਨੇ ਉਹ ਜਰਾ ਨੀਚੇ ਝੁਕਦੇ ਉਹ ਮਰੀਜ਼ ਗਿਰਜੇ ਉਹਨੂੰ ਚੱਕ ਕੇ ਵੀ ਪਾਉਂਦੇ ਨੇ ਆਪਾਂ ਬੜਕੇ ਆਪ ਡਰਦਿਆਂ ਕਈ ਵਾਰ ਉਹ ਮਰੀਜ਼ ਨੂੰ ਹੱਥ ਨਾਲ ਤੋਂ ਵੀ ਕਰੋਨਾ ਪੋਜ਼ਿਟਿਵ ਹੈ ਉੱਥੇ ਤਾਂ ਸਾਰੇ ਕਰੋਨਾ ਪੋਜ਼ਿਟਿਵ ਹੀ ਨੇ ਉਹਨੂੰ ਚੁੱਕ ਕੇ ਪਾਉਂਦੇ ਨੇ ਉਹਨੂੰ ਚੁੱਕ ਕੇ ਕੁਰਸੀ ਤੇ ਬਿਠਾਉਂਦੇ ਨੇ ਉਹਨੂੰ ਬਾਥਰੂਮ ਲੈ ਕੇ ਜਾਂਦੇ ਨੇ ਡਾਈਟ ਵਾਲਾ ਪੁੱਛਦਾ ਜੀ ਹੋਰ ਚਾਹੀਦੀ ਏ ਰੋਟੀ ਮੈਂ ਇੱਕ ਦਿਨ ਪੁੱਛਿਆ ਮੈਂ ਕਿ ਯਾਰ ਤੂੰ ਵਾਧੂ ਕਹਿੰਦਾ ਜੀ ਇੱਕ ਦੋ ਵਕਤ ਵਾਧੂ ਹੁੰਦੇ ਨੇ ਵੀ ਚਲ ਵੰਡ ਦੋ ਇੱਥੇ ਕੀ ਫਰਕ ਪੈਂਦਾ ਹੱਸ ਕੇ ਦੇ ਕੇ ਜਾਂਦੇ ਨੇ ਰੋਟੀ ਉਹ ਨਰਸਾਂ 10-10 ਕਿਢੇ ਲਾਉਂਦੀਆਂ ਨੇ ਸੋ ਉਸ ਪੱਖੋਂ ਜੇ ਉਹ ਪੀਜੇ ਕੋਲਟਸ ਕਰ ਜੇ ਪਰ ਜਿਹੜੇ ਸੁਪਰਵਾਈਜ਼ਰ ਨੇ ਉਹ ਕੱਖ ਨਹੀਂ ਕਰਦੇ ਤੁਸੀਂ ਮੰਨੋਗੇ 30 ਬੰਦਿਆਂ ਵਾਸਤੇ ਕੋਵਿਡ ਵਾਰਡ ਹੈ ਡੈਡੀਕੇਟਿਡ ਕੋਵਿਡ ਵਾਰਡ ਕਹਿੰਦੇ ਨੇ ਨਵੀਂ ਬਿਲਡਿੰਗ ਬਣੀ ਐ ਐਨਐਚੀ ਨੈਰੂ ਹਸਪੀਟਲ ਐਕਸਟੈਂਸ਼ਨ ਉਹਦੇ ਚ ਹੱਥ ਧੋਣ ਵਾਸਤੇ ਨਾ ਸਾਬਣ ਨਾ ਸੈਨੀਟਾਈਜ਼ਰ ਲੋਕਾਂ ਨੂੰ ਰੋਜ਼ ਆ ਕੁੱਕੀ ਜੀ ਪੇਸ਼ ਕਰਦੇ ਨੇ ਵੀ ਹੱਥ ਧੋ ਸੈਨੀਟਾਈਜ਼ਰ ਲਾਓ ਸਾਬਣ ਲਾਓ ਕੋਥੇ ਹੈ ਨਹੀਂ ਪੀਜੇ ਚ ਐਡੇ ਚੂਹੇ ਫਿਰਦੇ ਨੇ ਸੱਚੀ ਮੁੱੱਚੀ ਖਰਗੋਸ਼ ਵਰਗੇ ਲੱਗਦੇ ਸੀ ਡਰਦਾ ਬੰਦਾ ਦੇਖ ਕੇ ਉੱਥੇ ਹੱਥ ਤੋਂ ਨੂੰ ਪਿਸ਼ਾਬ ਕਰਦੇ ਉਹ ਤੁਹਾਡੇ ਲੱਤਾਂ ਤੇ ਪੈਂਦਾ ਸਾਰਾ ਇਨਫੈਕਸ਼ਨ ਹੋਣੀ ਹੋਣੀ ਹੈ ਪੰਜ ਬਾਈ ਚਨ ਦਾ ਬਾਥਰੂਮ ਹੈ ਉਹਦੇ ਚ ਬੰਦਾ ਇੱਕ ਨਹੀਂ ਜਾ ਸਕਦਾ ਦੂਜੇ ਦਾ ਕੀ ਜਾਨਾ ਤੁਹਾਨੂੰ ਕਮੋਡ ਦੇ ਪਿੱਛੇ ਖੜਨਾ ਪੈਂਦਾ ਗੇਟ ਬੰਦ ਕਰਨ ਵਾਸਤੇ ਤੇ ਉੱਥੇ ਰਿਕਾਰਡ ਝੂਠਾ ਹੋ ਰਿਹਾ ਮੈਂ ਕਹਤਾ ਵੀ ਆ ਤੁਸੀਂ ਝੂਠਾ ਰਿਕਾਰਡ ਕਰੀ ਜਾਂਦੇ ਹੋ ਨਰਸਿੰਗ ਸਿਸਟਰ ਜਿਹੜੀ ਸੁਪਰਵਾਈਜ਼ਰੀ ਸਟਾਫ ਦਾ ਹਾਰਤੀ ਹੈ ਮੈਨੂੰ ਕਹਿੰਦੀ ਸਾਡੇ ਕੋਲ ਸਟਾਫ ਨਹੀਂ ਹੈ ਤਾਂ ਝੂਠਾ ਹੀ ਹੋਊਗਾ ਜੇ ਤੁਸੀਂ ਨਹੀਂ ਕਰਾਉਣਾ ਨਾ ਕਰਾਓ ਜੇ ਮੈਂ ਕਿਹਾ ਹਾਂ ਵਡਿੰਗ ਇਹ ਸੀ ਹਾਂ ਵਡਿੰਗ ਮੇਰੇ ਕੋ ਆ ਫੋਟੋ ਭੇਜਿਆ ਨਹੀਂ ਹੋਈ ਉਸਦੀ ਚਾਟ ਦੀ ਫਿਰ ਮੈਂ ਉਹਨੂੰ ਆਖਿਆ ਨਾ ਕਿ ਫਿਰ ਮੈਂ ਪਬਲਿਕ ਕਿਚੜਾ ਜਾਵਾਂਗਾ ਜਾਨੀ ਕਿ ਜਿਵੇਂ ਮੀਡੀਆ ਚ ਬਿਲਕੁਲ ਮੈਨੂੰ ਕਹਿੰਦੇ ਪੀਆਰ ਵਾਲੇ ਜਵਾਬ ਦੇ ਦੇਣਗੇ ਮੈਂ ਤਾਂ ਸ਼ੌਕ ਹੋ ਗਿਆ ਮੈਨੂੰ ਵੀ ਹੈ ਇਹ ਜਿਹਾ ਆਏ ਬੋਲ ਦੇਣੇ ਜਦਕਿ ਉਹਨੂੰ ਕਹਿਣਾ ਚਾਹੁੰਦੇ ਕੋਈ ਗੱਲ ਨਹੀਂ ਜੇ ਅਸੀਂ ਦੇਖ ਲੈਣਾ ਜੇ ਗਲਤੀ ਆਗੇ ਤੋਂ ਠੀਕ ਕਰਾਂਗੇ ਇਹ ਤਾਂ ਮਿਨੀਮਮ ਆ ਨਾ ਅੱਛਾ ਫਿਰ ਉਹਨਾਂ ਦਾ ਸੀਨੀਅਰ ਮੈਂ ਆਖਿਆ ਵੀ ਮੈਨੂੰ ਮੇਰੀ ਰਿਪੋਰਟਾਂ ਤਾਂ ਦੱਸ ਦਿਓ ਵੀ ਕੋਈ ਉਹਦੇ ਚ ਕੁਝ ਆਇਆ ਹੈ ਨਹੀਂ ਆਇਆ ਰੋਜ਼ ਟੈਸਟ ਕਰੀ ਜਾਂਦੇ ਹੋ ਪਹਿਲਾਂ ਤਾਂ ਕੋਈ ਦੱਸੇ ਨਾ 22 ਤਰੀਕ ਨੂੰ ਮੈਂ ਆਇਆ ਉਹਨਾਂ ਦੇ ਕਲੀਨਿਕ ਇਟ। ਕੀ ਬਾਤ ਹੈ? ਮੈਂ ਮੇਰੀ ਰਿਪੋਰਟ ਤਾਂ ਮੈਂ ਜਾਣਨਾ ਚਾਹੁੰਦਾ ਸੀ ਵੀ ਕੀ ਆਇਆ ਉਹਨਾਂ ਚ। ਆਪਕੋ ਕੀ ਲੈਣਾ ਹੈ? ਜਦ ਡਿਸਚਾਰਜ ਹੋ ਜਾਗੇ ਦੇਖ ਦਿੰਗੇ। ਉਹ ਮੈਂ ਕਿਹਾ ਜੇ ਮੈਂ ਨਹੀਂ ਲੈਣਾ ਹੋਰ ਕਿੰਨੇ ਲੈਣਾ। ਫਿਰ ਉਹਨੇ ਮੈਨੂੰ ਇੱਕ ਕਾਗਜ਼ ਤੇ ਲਿਖ ਕੇ ਦੇ ਦਿੱਤੀ ਕਿ ਰਿਪੋਰਟ। ਐਕਸਰੇ ਕਹਿੰਦਾ ਜੀ ਦੇਖ ਲਓ ਹੁਣ ਚਲੋ ਮੈਂ ਤਾਂ ਡਾਕਟਰ ਹਾਂ। ਤੁਸੀਂ ਤਾਂ ਡਾਕਟਰ ਨਹੀਂ। ਤੁਹਾਨੂੰ ਉਹਨੂੰ ਇਹ ਦੱਸਣਾ ਇਹ ਚਾਹੀਦਾ ਵੀ ਤੁਹਾਡਾ ਭਾਈ ਐਕਸਰੇ ਠੀਕ ਹੈ ਜਾਂ ਉਹ ਚ ਮਾੜਾ ਮਾੜਾ ਨੁਕਸਾ ਹੈ ਸੀ ਕੋਈ ਨਹੀਂ ਇਲਾਜ ਕਰ ਰਿਹਾ। ਆਪਾਂ ਤਾਂ ਇੰਨਾ ਹੀ ਚਾਹੁੰਦੇ ਹੁੰਨੇ ਨਾ। ਮਰੀਜ਼ ਨੂੰ ਇਹ ਦੱਸਣਾ ਕਿ ਤੁਸੀਂ ਜਿਹੜਾ ਸੀ ਤੁਹਾਡਾ ਟੈਸਟ ਲਿਆ ਸੀ ਉਹਦੀ ਰਿਪੋਰਟ ਆ ਗਈ ਅਸੀਂ ਉਹਨੂੰ ਦੇਖ ਲਿਆ। ਇਹ ਤਾਂ ਘਟੂ ਘਟ ਮਰੀ ਚਾਹੁੰਦਾ ਹੈ ਨਾ। ਵੀ ਇਹ ਤਾਂ ਨਹੀਂ ਵੀ ਉਹ ਰੋਲੀ ਗਈ ਕਿ ਤੇ ਰਿਪੋਰਟ। ਬੋ ਸੈਂਪਲ ਰੋਜ਼ ਲਈ ਜਾਂ ਰਿਪੋਰਟ ਆ ਵੀ ਨਾ। ਉਹਨੂੰ ਇਹ ਦੱਸਣਾ ਤਾਂ ਜ਼ਰੂਰੀ ਹੈ ਮਰੀਜ਼ ਕੱਢਾ ਬੈਠਾ ਉੱਥੇ। ਨਾ ਉਹਦਾ ਕੋਈ ਰਿਸ਼ਤੇਦਾਰ ਹੈ, ਨਾ ਉਹਦੇ ਨਾਲ ਕੋਈ ਗੱਲ ਕਰਨ ਵਾਲਾ ਹੈ। ਤੇ ਘਟਕਟੇ ਹੀ ਨਾ ਤਾਂ ਤੁਸੀਂ ਦੱਸੋ। ਉਹ ਨਹੀਂ ਦੱਸੇ। ਹਾਂ ਇੱਕ ਗੱਲ ਮੈਂ ਜ਼ਰੂਰ ਐਪਰੀਸ਼ੀਏਟ ਕਰਾਂਗਾ ਜਦੋਂ ਮੈਂ ਐਮਰਜੈਂਸੀ 'ਚ ਗਿਆ। ਜਦ ਮੈਂ ਵਾਰਡ ਵਾਲਿਆਂ ਦੀ ਮੈਂ ਗੱਲ ਕਰੀ ਹੈ। ਉੱਥੇ ਜਿਹੜੀ ਲੜਕੀ ਸੀ ਰੈਜ਼ੀਡੈਂਟ ਬੁੜਾ ਰਸੀ ਮੇਰੀ 2 ਘੰਟੇ ਬਾਅਦ ਵਾਰੀ ਆ ਗਿਆ ਪਰ ਮੈਂ ਟ੍ਰਾਲੀ ਤੇ ਪਿਆ ਰਹਾ ਪਰ ਉਹ ਇੰਨੀ ਮਿਹਨਤ ਨਾਲ ਕੰਮ ਕਰ ਰਹੀ ਸੀ ਤੇ ਮੈਨੂੰ ਤਾਂ ਕੋਈ ਗਿਲਾ ਨਹੀਂ ਜੇ ਕੋਈ ਇਹ ਕਹੇ ਵੀ ਮੈਂ ਕਾਲਾ ਪੈ ਗਿਆ ਜਾਂ ਮੈਂ ਡਾਕਟਰਾਂ ਤਾਂ ਮੈਂ ਮੈਂ ਤਾਂ ਉੱਥੇ ਟ੍ਰਾਲੀ ਤੇ ਪਿਆ ਰਹਾ ਮੈਂ ਤਾਂ ਗੱਲੀ ਨਹੀਂ ਕਰੀ ਫਿਰ ਉਹਨੇ ਜਦ ਮੇਰੀ ਵਾਰੀ ਜਿਵੇਂ ਸੀਸਰ ਸਾਹਿਬ ਨਾਲ ਉਹਨੇ ਅਬਦੇ ਸਾਹਿਬ ਨਾਲ ਦੇਖਣਾ ਸੀ ਹਾਲਾਂਕਿ ਮੈਂ ਤੰਗ ਸੀਗਾ ਪਰ ਉਹਨੇ ਤਾਂ ਅਬਦੇ ਸਾਹਿਬ ਨਾਲ ਦੇਖਣਾ ਨਾ ਵੀ ਉਹਨੂੰ ਤੰਗ ਕਿਹੜਾ ਲੱਗਦਾ ਐਂ ਤਾਂ ਹਰੇਕੀ ਮਰੀਜ਼ ਕੋਈ ਮੈਂ ਤੰਗਾ ਮੈਨੂੰ ਪਹਿਲਾਂ ਦੇਖ ਲਓ ਉਹਨੇ ਸਾਰਿਆਂ ਨੂੰ ਬੜੇ ਪਿਆਰ ਨਾਲ ਦੇਖਿਆ ਸਾਰਿਆਂ ਨੂੰ ਸਮਝਾਇਆ ਫਿਰ ਉਹਨਾਂ ਦਾ ਸੀਨੀਅਰ ਡਾਕਟਰ ਆਇਆ ਉਹਨੇ ਕੱਡੇ ਕੱਡੇ ਨੂੰ ਸਮਝਾਇਆ ਵੀ ਤੈਨੂੰ ਜਿਹਨੂੰ ਦਾਖਲ ਕਰਾਇਆ ਸੀ ਉਹਨੂੰ ਦੱਸ ਰਿਹਾ ਸੀ ਵੀ ਇਹ ਤੁਹਾਨੂੰ ਦਾਖਲ ਕਿਉਂ ਕਰ ਰਿਹਾ ਜਿਹਨੂੰ ਘਰੇ ਭੇਜ ਰਹੇ ਸੀ ਉਹਨੂੰ ਦੱਸ ਰਿਹਾ ਸੀ ਤੈਨੂੰ ਘਰੇ ਕਿਉਂ ਭੇਜ ਰਿਹਾ ਤੇ ਤੂੰ ਘਰੇ ਕੀ ਕੀ ਧਿਆਨ ਰੱਖਣਾ ਮੈਨੂੰ ਤਾਂ ਇਹ ਲੱਗਿਆ ਵੀ ਜੇ ਇੱਥੇ ਚਾਨਣ ਹੋ ਗਿਆ ਪੀਜੀਏ ਚ ਨਵੀਆਂ ਕੰਮ ਹੋ ਰਹੇ ਹਨ ਜਦ ਬਾਹਰ ਗਿਆ ਉਲਟਾ ਹੋ ਗਿਆ ਸੋ ਇਸ ਕਰਕੇ ਪੀਜੀਏ ਦੇ ਵਿੱਚੋਂ ਸੁਪਰ ਫਿਰ ਇੱਕ ਮੈਨੂੰ ਜਿੱਦੇ ਡਿਸਚਾਰਜ ਕਰਿਆ ਦੱਸਿਆ ਨਹੀਂ ਸਵੇਰੇ ਕਹਤਾ ਵੀ ਡਿਸਚਾਰਜ ਕਰਾਂਗੇ ਸ਼ਾਮ ਤੱਕ ਪੁੱਛਦਾ ਰਿਹਾ ਮੈਂ ਦੱਸਿਆ ਨਹੀਂ ਦੂਜੇ ਦਿਨ ਚੱਕ ਕੇ ਡਿਸਚਾਰਜ ਕਰਿਆ ਮਤਲਬ ਇਹ ਨਹੀਂ ਆ ਵੀ ਭਾਈ ਤੁਹਾਨੂੰ ਅੱਜ ਜੱਟ ਕਰ ਦਾਂਗੇ ਤਾਂ ਮਤਲਬ ਕਰ ਦਾਂਗੇ ਫਿਰ ਮੈਨੂੰ ਕੁਰਸੀ ਤੇ ਬਿਠਾਇਆ ਉਹਨਾਂ ਨੇ ਉੱਤੇ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਮੇਰਾ ਬੈਗ ਇਹਦੇ ਉੱਤੇ ਐ ਰੱਖਤਾ ਉਹਦੇ ਉੱਤੇ ਬੈਗ ਉਹਦੇ ਉੱਤੇ ਕੰਬਲ ਉਹਦੇ ਉੱਤੇ ਸਰਾਣਾ ਉਹਦੇ ਉੱਤੇ ਇੱਕ ਹੋਰ ਥੈਲਾ ਜਾ ਆ ਮੇਰੀ ਸਾਰੀ ਛਾਤੀ ਕੁਟ ਗਈ ਐ ਥੋਡੀ ਨਾਲ ਵੀ ਇਹਨੂੰ ਦੱਬ ਕੇ ਰੱਖੋ ਜੀ ਐ ਇਹ ਜਿੱਦ ਮੈਂ ਦੱਸਾ ਦੂੰ ਉਹ ਘਰ ਰੈਂਪ ਬੜੀ ਅਗੋ ਹੈ ਕੱਲੇ ਬੰਦੇ ਤੋਂ ਫਮੀ ਨੂੰ ਕੁਰਸੀ ਉਲਟ ਗਈ ਮਾ ਆ ਜਾ ਕੇ ਗਿਆ ਦੂਰ ਅੰਦਰ ਗੋਡੇ ਤੇ ਹੁਣ ਵੀ ਅਜੇ ਵੀ ਆ ਆ ਦੇਖੋ 10 ਦਿਨ ਹੋ ਗਏ ਇਸ ਨੂੰ 12 ਕਿ ਇੱਥੇ ਕੁੰਨੀਆਂ ਤੇ ਗੋਡਿਆਂ ਤੇ ਮੇਰੇ ਰੀੜ ਦੀ ਹੱਡੀ ਵੀ ਟੁੱਟ ਗਿਆ ਬੜਾ ਬਹੁਤ ਜ਼ਿਆਦਾ ਪੇਨ ਆ ਹੁਣ ਮੈਂ ਕੱਦ ਪਰਸਮ ਦੀ ਬਹੁਤ ਜ਼ਿਆਦਾ ਦਵਾਈ ਲੈ ਰਿਹਾ ਕਿਸੇ ਨੇ ਉਹਨਾਂ ਦੇ ਸਿਕਿਉਰਟੀ ਬਲਕਿ ਉਲਟਾ ਕਹਿੰਦੇ ਉਹਨਾਂ ਦਾ ਚੱਕ ਕੇ ਕਹਿੰਦੇ ਸੜਕ ਤੇ ਬਾਹਰ ਮਾਰਾਂਗੇ ਮੈਨੂੰ ਗਿਰੇ ਹੋਏ ਨੂੰ ਜਦ ਕੇ ਜਦ ਉੱਥੇ ਉਹਨਾਂ ਦੇ ਹਸਪਤਾਲ ਦੇ ਅੰਦਰ ਐਕਸੀਡੈਂਟ ਹੋਇਆ ਉਹਨਾਂ ਤੋਂ ਹੋਇਆ ਕੁ ਟੁਕਟ ਮੈਨੂੰ ਡਾਕਟਰੀ ਤੌਰ ਤੇ ਤਾਂ ਦਿਖਾ ਦਿੰਦੇ ਵੀ ਕੋਈ ਜ਼ਿਆਦਾ ਸੱਟ ਤਾਂ ਨਹੀਂ ਲੱਗੀ ਹੂੰ ਇਹ ਪੀਜੀ ਦਾ ਹਾਲ ਹੈ ਔਰ ਉਹਨਾਂ ਦੇ ਮੈਡੀਕਲ ਸੁਪਰਡੈਂਟ ਨੂੰ ਪਤਾ ਸੀ ਉਹਨਾਂ ਦੇ ਕੋਵਿਡ ਵਾਰਡ ਵਾਲੇ ਨੂੰ ਪਤਾ ਸੀ ਕਿ ਐਂ ਐਕਸੀਡੈਂਟ ਹੋਇਆ ਇੱਥੇ ਤੱਕ ਉਹਨਾਂ ਦੀ ਆਹ ਜਿਹਦਾ ਦੇ ਇਹ ਜਿਹੇ ਐਕਸੀਡੈਂਟ ਹੁੰਦੇ ਨਾ ਇਹਦੇ ਚ ਟੈਟਨਸ ਹੋਣ ਦਾ ਬਹੁਤ ਡਰ ਹੁੰਦਾ ਰੋਡ ਸਾਈਡ ਤੇ ਸਾਰੇ ਅਸੀਂ ਪੜਾਉਣੇ ਆ ਐਮਬੀਬੀਐਸ ਤੇ ਟੈਟਨਸ ਦਾ ਟੀਕਾ ਲਾਉਣਾ ਜ਼ਰੂਰੀ ਹੁੰਦਾ ਉਹਨਾਂ ਨੇ ਨਾ ਦਿਖਾਇਆ ਨਾ ਟੀਕਾ ਲਗਾਇਆ ਨਾ ਕੋਈ ਪੱਟੀ ਕਰੀ ਨਾ ਐ ਬਿਲਕੁਲ ਉਲਟਾ ਰੋਮ ਦਿੰਦੇ ਰਹੇ ਵੀ ਚੱਕ ਕੇ ਛੜਕ ਤੇ ਮਾਰਾਂਗੇ ਕੀ ਸਿਕਿਉਰਿਟੀ ਐਡਵਾਈਸ ਜਰੂਰੀ ਇਹਨਾਂ ਦਾ ਇਹੀ ਕੁਛ ਕਰ ਰਿਹਾ ਆ ਪੀਜੇ ਦਾ ਹਾਲ ਹੈ ਮੈਂ ਇਸ ਦੇ ਉੱਤੇ ਆਪਣੀ ਗੱਲ ਲਾਸਟ ਤੱਕ ਹੈ ਨਾ ਮੈਂ ਹਰਸ਼ਵਰਧਨ ਨੂੰ ਸ਼ਿਕਾਇਤ ਕਰੀ ਹੈ ਮੈਂ ਡੀਜੀਪੀ ਯੂਟੀ ਨੂੰ ਲਿਖਿਆ ਵੀ ਇਹਨਾਂ ਤੇ ਕੇਸ ਰਜਿਸਟਰ ਕਰੋ ਕ੍ਰਿਮੀਨਲ ਕਿਉਂਕਿ ਇਹਨੇ ਨਾਪੋਰਟ ਸੁਨੇ ਇਨਫਾਰਮ ਕਰ ਐਕਸੀਡੈਂਟ ਪੋਰਟ ਸੁਨੇ ਇਨਫਾਰਮ ਕਰਨਾ ਹੁੰਦਾ ਨਾ ਮੇਰਾ ਮੈਡੀਕਲ ਇਲਾਜ ਕਰਾਇਆ ਤੇ ਮੈਂ ਡਾਇਰੈਕਟਰ ਪੀਜੇ ਨੂੰ ਲਿਖਿਆ ਵੀ ਮੈਨੂੰ ਤੁਸੀਂ ਰਾਈਟ ਟੂ ਇਨਫੋਰਮੇਸ਼ਨ ਚ ਦੱਸੋ ਵੀ ਤੁਹਾਨੂੰ ਇਹ ਰਾਈਟ ਹੈ ਕਿ ਤੁਸੀਂ ਉੱਥੇ ਸੈਨੀਟਾਈਜ਼ਰ ਜਾਂ ਸੋਪ ਨਹੀਂ ਰੱਖਣੀ ਤੁਹਾਨੂੰ ਇਹ ਰਾਈਟ ਹੈ ਕਿ ਉੱਥੇ ਚੂਹੇ ਫਿਰਦੇ ਰਹ ਤੁਹਾਨੂੰ ਇਹ ਰਾਈਟ ਹੈ ਕਿ ਤੁਸੀਂ ਗਲਤ ਰਿਕਾਰਡਿੰਗ ਕਰੋ ਤੇ ਫਿਰ ਕਹੋ ਅਸੀਂ ਤਾਂ ਗਲਤੀ ਕਰਾਂਗੇ ਤੁਹਾਨੂੰ ਇਹ ਰਾਈਟ ਹੈ ਕਿ ਤੁਸੀਂ ਮਰੀਜ਼ ਨੂੰ ਉਹਦੀ ਰਿਪੋਰਟ ਦੱਸਣੀ ਹੋਈ ਨਹੀਂ ਵੀ ਕਿਹੋ ਜੀ ਆ ਕੀ ਤੁਹਾਨੂੰ ਇਹ ਰਾਈਟ ਹੈ ਕਿ ਮਰੀਜ਼ ਨੂੰ ੱਟਾ ਜਿਵੇਂ ਮਰਜ਼ੀ ਮਾਰੇ ਗਰੇ ਜੋ ਜੋ ਮਰਜ਼ੀ ਹੋਵੇ ਤੁਹਾਨੂੰ ਰਾਈਟ ਹੈ ਕੀ ਤੁਹਾਨੂੰ ਰਾਈਟ ਹੈ ਕਿ ਤੁਹਾਡਾ ਕਮੋਡ ਟੁੱਟਿਆ ਹੋਊ ਤੇ ਬੰਦੇ ਉਹਦੇ ਛਿੱਟੇ ਪਿਸ਼ਾਬ ਦੇ ਪੈਂਦੇ ਰਹਿਣ ਇਹ ਮੈਨੂੰ ਦੱਸੋ ਵੀ ਤੁਹਾਨੂੰ ਕਿੱਥੇ ਰਾਈਟ ਆ ਇਹ ਐਕਸਪਾਇਰਡ ਮੈਡੀਸਨ ਤੁਸੀਂ ਮੰਨੋਗੇ 31 ਮਾਰਚ ਨੂੰ ਜਿਹੜੀ ਮੈਡੀਸਨ ਐਕਸਪਾਇਰ ਹੋ ਰਹੀ ਸੀ ਸੋਡੀਅਮ ਬਾਈਕਾਰਬੋਨੇਟ ਮਿੱਠੇ ਸੋਡੀਅਮ ਦੀਆਂ ਗੋੜੀਆਂ ਉਹ ਦਿੱਤੀਆਂ ਜਾ ਰਹੀ ਕਿਉਂ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਇਕੱਠੀਆਂ ਖਰੀਦੋ ਜਿੱਦਾਂ 2 ਸਾਲ ਦੀ ਉਹਦੀ ਐਕਸਪਾਇਰੀ ਹੁੰਦੀ ਹੈ ਜਿੱਦਾਂ ਕੰਪਨੀ ਕੋਲ 6 ਮਹੀਨੇ ਰਹਿ ਗਏ ਉਹ ਕਹਿੰਦੇ ਹੁਣ ਇਹ ਤਾਂ ਖਰਾਬ ਹੋ ਜੂਗੀ ਉਹ ਸੌਦਾ ਕਰਦੇ ਨੇ ਸੌਦਾ ਕਰਕੇ ਸਸਤੀਆਂ 20% ਰੇਟ ਤੇ ਦੇ ਦਿੰਦੇ ਨੇ ਬਿਲਡ ਉਹਨੇ ਦਾ ਬਣਾ ਪੂਰੇ ਦਾ ਬਣਾ ਦਿੰਦੇ ਨੇ ਆਹ 2 ਨੰਬਰ ਦਾ ਪੈਸਾ ਅੱਜ ਹੀ ਇਨਵੈਸਟਿਗੇਟ ਕਰਾ ਲਓ ਤੁਸੀਂ মিডিਆ ਵਾਲਿਓ ਤੁਸੀਂ ਜਾ ਕੇ ਮੈਡੀਕਲ ਸੁਪਰਡੈਂਟ ਨੂੰ ਪੁੱਛ ਲਓ ਡਾਇਰੈਕਟਰ ਨੂੰ ਪੁੱਛ ਲਓ ਵੀ ਦਿਖਾਓ ਜੀ ਤੁਹਾਡਾ ਸੋਡੀਅਮ ਜਿਹੜਾ ਬਾਈਕਾਰਬੋਨੇਟੋ ਕਿਹੋ ਜਿਹਾ ਹੈ ਕਦ ਖਰੀਦਿਆ ਤੇ ਡਾਕਟਰ ਸਾਹਿਬ ਜਿਵੇਂ ਹੁਣ ਵੈਕਸੀਨੇਸ਼ਨ ਬਹੁਤ ਜ਼ੋਰਾਂ ਤੇ ਚੱਲ ਰਹੀ ਹੈ ਵੈਕਸੀਨੇਸ਼ਨ ਦਾ ਦੌਰ ਹੁਣ 45 ਸਾਲ ਤੋਂ ਵੱਧ ਉਮਰ ਦੇ ਵੀ 1 ਅਪ੍ਰੈਲ ਤੋਂ ਜਿਹੜਾ ਆ ਪੜਾ ਜਿਹੜਾ ਦੂਸਰਾ ਲੱਗਣਾ ਸ਼ੁਰੂ ਹੋ ਚੁੱਕਾ ਆ ਤੁਹਾਡੇ ਹਿਸਾਬ ਨਾਲ ਜਿਵੇਂ ਤੁਸੀਂ ਖੁਦ ਕਰੋਨਾ ਪੋਜ਼ਿਟਿਵ ਰਹੇ ਹੋ ਤੁਹਾਡੇ ਹਿਸਾਬ ਨਾਲ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਨਾ ਡਰ ਵੀ ਇਹ ਵੀ ਬਹੁਤ ਫੈਲ ਗਿਆ ਕਹਿੰਦੇ ਵੈਕਸੀਨੇਸ਼ਨ ਦੇ ਵਿੱਚ ਵਿੱਚ ਕੋਈ ਕੋਹਲ ਕਰਿਆ ਜਾ ਰਿਹਾ ਹੈ ਵੀ ਕੁਝ ਗਲਤ ਦਵਾਈਆਂ ਤੁਹਾਨੂੰ ਕੀ ਪਤਾ ਲੱਗਦਾ ਵੀ ਵੈਕਸੀਨੇਸ਼ਨ ਸਹੀ ਹੈ ਕਿ ਗਲਤ ਤੁਹਾਡੇ ਹਿਸਾਬ ਨਾਲ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਆ ਬੰਦੇ ਨੂੰ ਕਿ ਨਹੀਂ ਦੇਖੋ ਜਿਹੜਾ ਸਾਡੇ ਨਾ ਜਿਵੇਂ ਉਹਨੇ ਸਰਕਾਰ ਨੇ ਕੋਈ ਵੈਕਸੀਨੇਸ਼ਨal ਇਦਾਂ ਨਹੀਂ ਕਰਿਆ ਜਾ ਰਿਹਾ ਨਾ ਕੋਈ ਸਰਕਾਰ ਕਰ ਰਹੀ ਹੈ ਵੈਕਸੀਨੇਸ਼ਨ ਸਰਕਾਰ ਜਿਹੜਾ ਪ੍ਰਚਾਰ ਕਰੀ ਆ ਵੀ ਵੈਕਸੀਨੇਸ਼ਨ ਨਾਲ ਤੁਸੀਂ ਬਚ ਜੋਗੇ ਜੀ ਤੁਹਾਨੂੰ ਕੁਝ ਨਹੀਂ ਹੋਣਾ ਇਹ ਵੀ ਝੂਠ ਹੈ ਜਿਹੜੇ ਇਹ ਕਹਿੰਦੇ ਨੇ ਵੀ ਵੈਕਸੀਨੇਸ਼ਨ ਨਾਲ ਤੁਸੀਂ ਮਰ ਜੋਗੇ ਤੁਹਾਡੇ ਅੰਦਰ ਕੋਈ ਜੀਨ ਇਹ ਜਾ ਪਾ ਦੇਣਗੇ ਤੁਹਾਡੇ ਕੱਲ ਨੂੰ ਜਵਾਕ ਹੀ ਨਹੀਂ ਹੋਣੇ ਜਾਂ ਪੰਗ ਹੋਣਗੇ ਜਾਂ ਤੁਸੀਂ ਵੈਕਸੀਨੇਸ਼ਨ ਤਾਂ ਧੱਕੇ ਨਾਲ ਲਾਇਆ ਜਾ ਰਿਹਾ ਇਹ ਸਾਰੀ ਗੱਲਾਂ ਗਲਤ ਨੇ ਅਸਲ ਚ ਕੀ ਆ ਉਹੀ ਅਗੇਨ ਸਾਇੰਟਿਫਿਕ ਨਹੀਂ ਦੱਸ ਰਹੇ ਜੀ ਨੂੰ ਜਿਵੇਂ ਮੈਨੂੰ ਕੋਰੋਨਾ ਹੋ ਗਿਆ ਜਿਹਨੂੰ ਕਰੋਨਾ ਹੋ ਚੁੱਕਿਆ ਜੇ ਉਸ ਨੂੰ ਦੁਬਾਰਾ ਕਰੋਨਾ ਹੋ ਸਕਦਾ ਹੈ ਉਹਦੇ ਅੰਦਰ ਇਮਿਊਨਿਟੀ ਪੈਦਾ ਨਹੀਂ ਹੋਈ ਜਿਉਂਦੇ ਵਾਇਰਸ ਨਾਲ ਤੇ ਮਰੇ ਨਾਲ ਕਿੱਥੋਂ ਹੋਣੀ ਹੈ ਜਿਹੜਾ ਵਾਇਰਸ ਅਸੀਂ ਦਿੱਨਿਆ ਉਹ ਤਾਂ ਮਰਿਆ ਹੋਇਆ ਵਾਇਰਸ ਹੈ ਪਰ ਜੇ ਜਿਉਂਦੇ ਨਾਲ ਨਹੀਂ ਪੈਦਾ ਹੋਈ ਮਰੇ ਨੇ ਕਿੰਨੀ ਕਿ ਪੈਦਾ ਕਰ ਦੇਣੀ ਹੈ ਸੋ ਇਹ ਤਾਂ ਗਲਤ ਹੈ ਕਿ ਤੁਹਾਨੂੰ ਕਰੋਨਾ ਨਹੀਂ ਹੋਏਗਾ ਪਰ ਉਹ ਉਹਦਾ ਫਾਇਦਾ ਕੀ ਹੈ ਇੱਕ ਤਾਂ ਜਿਹੜਾ ਟੀਕਾ ਹੈ ਨਾ ਉਹ ਤੁਹਾਡੇ ਅੰਦਰ ਵਾਇਰਸ ਜਾਣ ਤੋਂ ਨਹੀਂ ਰੋਕਦਾ ਵਾਇਰਸ ਨਾਲ ਬਿਮਾਰੀ ਪੈਦਾ ਹੋਣ ਤੋਂ ਰੋਕਦਾ ਦੂਜੀ ਗੱਲ ਹਾਂ ਦੂਜੀ ਗੱਲ ਇਹ ਹੈ ਵੀ ਜਦ ਤੁਸੀਂ ਟੀਕਾ ਲਵਾ ਲਿਆ ਉਹਦੇ ਨਾਲ ਪਹਿਲੀ ਗੱਲ ਤਾਂ ਜੇ ਤੁਹਾਡੇ ਅੰਦਰ ਵਾਇਰਸ ਵੜ ਗਿਆ ਹੋ ਸਕਦਾ ਉਹ ਬਿਮਾਰੀ ਨੂੰ ਨਾ ਪੈਦਾ ਕਰ ਸਕੇ ਇੰਨਾ ਕੁ ਥੋੜਾ ਹੋਵੇ ਦੂਜੀ ਗੱਲ ਜੋ ਬਿਮਾਰੀ ਪੈਦਾ ਕਰੇ ਤਾਂ ਉਨੀ ਗੰਭੀਰ ਨਾ ਕਰੇ ਜੇ ਉਹ ਗੰਭੀਰ ਵੀ ਕਰਤੀ ਤਾਂ ਹੋ ਸਕਦਾ ਤੁਹਾਨੂੰ ਕੰਪਲਿਕੇਸ਼ਨ ਨਾ ਹੋਵੇ ਜੇ ਕੰਪਲਿਕੇਸ਼ਨ ਵੀ ਹੋ ਸਕੇ ਹੋ ਸਕਦਾ ਮੌਤ ਦਾ ਰਕਟ ਜੀ ਸੋ ਉਹਦੇ ਨਾਲ ਕੁਝ ਘਟੇਗਾ ਇਸ ਕਰਕੇ ਵੈਕਸੀਨੇਸ਼ਨ ਹੋਣ ਤੋਂ ਬਾਅਦ ਇਹ ਕਿ ਨਵੀਂ ਆਪਾ 마ਸਕ ਪਹਿਨਣ ਦੀ ਹੁਣ ਕੀ ਲੋੜ ਹੈ ਇਹ ਵੀ ਗਲਤ ਹੈ 마ਸਕ ਤਾਂ ਸਾਨੂੰ ਪਹਿਨਣਾ ਹੀ ਪਏਗਾ ਕਿਉਂਕਿ ਉਹ ਤਾਂ ਵਾਇਰਸ ਨੂੰ ਅੰਦਰ ਜਾਣ ਤੋਂ ਰੋਕਦਾ ਨਹੀਂ ਨਾ ਵੈਕਸੀਨ ਸੋ ਇਸ ਕਰਕੇ 마ਸਕ ਪਹਿਨਣਾ ਦੂਰੀ ਰੱਖਣਾ ਤਾਂ ਜ਼ਰੂਰੀ ਹੈ ਪਰ ਵੈਕਸੀਨ ਦੇ ਫਾਇਦੇ ਨੇ ਵੈਕਸੀਨ ਲਵਾਉਣਾ ਚਾਹੀਦਾ ਮੈਂ ਅਜੇ ਨਹੀਂ ਦਵਾਇਆ ਸੀ ਮੈਨੂੰ ਪਹਿਲਾਂ ਕਰੋਨਾ ਹੋ ਗਿਆ ਪਰ ਮੈਂ ਇਹ ਨਹੀਂ ਕਹਿੰਦਾ ਕਿ ਵੈਕਸੀਨ ਨਾ ਲਵਾਓ ਪਰ ਵੈਕਸੀਨ ਲਵਾ ਕੇ ਅੱਜ ਨਾਲ ਦਿਨਾਂ ਦੇ ਵਿੱਚ ਲਵਾ ਰਹੇ ਹਾਂ ਵੈਕਸੀਨ ਨਹੀਂ ਲੋੜ ਹੀ ਨਹੀਂ ਮੈਨੂੰ ਤਾਂ ਹੁਣ ਕਰੋਨਾ ਹੀ ਹੋ ਚੁੱਕਾ ਮੈਂ ਵੈਕਸੀਨ ਕਾ ਤੇ ਬਸ ਲੋਕ ਨੇ 10 ਸਾਲ 10 ਮਹੀਨੇ ਤੱਕ ਦੀ ਇਮਿਊਨਿਟੀ ਰਹਿਣੀ ਰਹਿਣੀ ਹੈ ਸੋ ਜਿਹੜੇ ਬੰਦਿਆ ਨੂੰ ਕਰੋਨਾ ਨਹੀਂ ਹੋਇਆ ਉਹਨਾਂ ਨੂੰ ਵੈਕਸੀਨ ਲਵਾ ਲੈਣਾ ਚਾਹੀਦਾ ਔਰ ਇਹਦੇ 'ਚ ਇਹ ਦੂਜਾ ਪਾਸਾ ਇੱਕ ਜ਼ਰੂਰ ਹੈ ਵੀ ਇਹ ਸਿਆਸਤ ਔਰ ਪੈਸਾ ਕੰਪਨੀਆਂ ਇਹ ਦੋਨੇ ਨਵਾਰਨੇ ਵੈਕਸੀਨ ਨੂੰ ਧੱਕੇ ਨਾਲ ਚਾਹਦੇ ਪੂਰੇ ਟੈਸਟ ਹੋਣੇ ਭਾਰਤ 'ਚ ਜਿੰਨੇ ਹੋਣੇ ਚਾਹੀਦੇ ਸੀ ਤੇ ਦੂਜੀ ਗੱਲ ਜਿਹੜਾ ਪਹਿਨਾ ਜਿਵੇਂ ਸਕੂਲ ਬੰਦ ਕਰਤੇ ਜੇ ਸਕੂਲ ਨਾ ਬੰਦ ਕਰਦੇ 19 ਸਾਲ ਦੀ ਉਮਰ ਤੱਕ ਪੂਰੀ ਦੁਨੀਆ ਦੇ ਵਿੱਚ ਕਰੋਨਾ ਨਾਲ ਮੌਤਾਂ ਨਹੀਂ ਹੋ ਰਹੀਆਂ ਤੇ ਸਕੂਲਾਂ ਦੇ ਬੱਚੇ ਤਾਂ 19 ਸਾਲ ਤੋਂ ਵੱਧ ਹੈ ਹੀ ਨਹੀਂ ਕੋਈ ਜੇ ਉਹਨੂੰ ਖੋਲੀ ਰੱਖਦੇ ਤਾਂ ਉਹਨਾਂ ਨੂੰ ਮਾੜਾ ਮੋਟਾ ਕਰੋਨਾ ਕੋਈ ਨਾ ਹੁੰਦਾ ਜਿਵੇਂ ਆਪਾਂ ਨੂੰ ਜ਼ੁਕਾਮ ਹੁੰਦਾ ਉਹ ਇਮਿਊਨਿਟੀ ਵੈਸੀ ਆ ਜਾਣੀ ਸੀ ਪਰ ਉਹ ਇਮਿਊਨਿਟੀ ਜੇ ਵੈਸੇ ਆ ਜਾਂਦੀ 60% ਨੂੰ ਬਾਕੀਆਂ ਨੂੰ ਵੈਸੇ ਨਹੀਂ ਹੋਣਾ ਸੀ ਫਿਰ ਵੈਕਸੀਨ ਕਿਵੇਂ बिकਦਾ ਸੋ ਇਸ ਕਰਕੇ ਇਹ ਝੋ ਹੀ ਕਚਾਲ ਹੈ ਪਰ ਜਿਹੜੇ ਪ੍ਰਚਾਰ ਕਰਦੇ ਨੇ ਉਹ ਨਾਤਾ ਚਾਲ ਦੱਸਦੇ ਨੇ ਉਹ ਜਾਂ ਕਹਿੰਦੇ ਬਈ ਬਿਲਕੁਲ ਹੀ ਗਲਤ ਹੈ ਜਾਂ ਕਹਿੰਦੇ ਬਿਲਕੁਲ ਹੀ ਠੀਕ ਹੈ ਸਿਆਸਤਦਾਨ ਜਿਹੜੇ ਨੇ ਉਹ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਵੀ ਬਹੁਤ ਵੱਡਾ ਮਾਸਟਰਮਾਈਂਡ ਪਲਾਨ ਜਿਹੜਾ ਖੇਡਦੇ ਨੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸੋ ਦੋਸਤੋ ਜਿਵੇਂ ਤੁਸੀਂ ਸੁਣੀ ਲਿਆ ਕਿ ਕਰੋਨਾ ਦੀ ਜਿਹੜੀ ਵੈਕਸੀਨ ਹੈ ਲਗਵਾਉਣੀ ਜ਼ਰੂਰ ਚਾਹੀਦੀ ਹੈ ਜਿਨ੍ਹਾਂ ਨੂੰ ਕਰੋਨਾ ਨਹੀਂ ਹੋਇਆ ਕਿਉਂਕਿ ਕਿਤੇ ਨਾ ਕਿਤੇ ਬਿਮਾਰੀ ਤਾਂ ਜ਼ਰੂਰ ਹੈ ਜਿਵੇਂ ਡਾਕਟਰ ਸਾਹਿਬ ਦੱਸ ਰਹੇ ਨੇ ਸਖਤ ਹਦਾਇਤਾਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਜਿਹੜੀਆਂ ਵੀ ਜਿਹੜੀਆਂ ਆਪਾਂ ਕਹਿ ਸਕਦੇ ਆ ਵੀ ਇੰਨੀ ਸਟ੍ਰਿਕਨੈਸ ਕਿਉਂ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਕਿਤਨਾ ਕਿਤੇ ਸਾਡੇ ਫਾਇਦੇ ਵਾਸਤੇ ਆ ਆਪਣੀ ਭਲਾਈ ਵਾਸਤੇ ਆ ਸਾਨੂੰ ਜੇ ਆਪਣੀ ਸਿਹਤ ਦਾ ਧਿਆਨ ਰੱਖਣਾ ਤਾਂ ਆਪ ਰੱਖਣਾ ਪਵੇਗਾ ਉਮੀਦ ਕਰਦੇ ਹਾਂ ਦੋਸਤੋ ਵੀਡੀਓ ਚੰਗੀ ਲੱਗੀ ਹੋਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਐਜੋ ਜੀਆਂ ਹੋਰ ਅਪਡੇਟਸ ਲੈ ਕੇ ਆ ਸਮੇ ਸਮੇਂ ਸਿਰ ਤੁਹਾਡੇ ਤੱਕ ਸਾਂਝੀ ਕਰਦੇ ਰਹਾਂਗੇ ਤਦ ਤੱਕ ਲਈ ਮੈਨੂੰ ਯਾਨਕੀ ਗੁਰਪ੍ਰੀਤ ਸਿੰਘ ਬਲ ਨੂੰ ਦਿਓ ਇਜਾਜ਼ਤ ਧੰਨਵਾਦ ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦਿਓ ਸਾਡਾ ਸਾਥ ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ ਖਬਰ ਦੀ ਨਿਰਪੱਖ ਆਵਾਜ਼ ਵਿਜ਼ਿਟ ਕਰੋ www.nirpakkhpost.com